ਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਗਤ ਪਾਵਨ ਭਗਤ ਬਚਨ ਕਰਨਾ ਨਿਰਾਮ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸਦਿਆ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰਦੇ ਹੋਏ ਸਮੇਂ ਨੂੰ ਆਪ ਜੀ ਸਫਲਾ ਬਣਾ ਰਹੇ ਹੋ। ਦਸਾਂ ਪਾਤਸ਼ਾਹੀਆਂ ਦੀ ਪਾਵਨ ਆਤਮਕ ਕਥਾ ਜਿਸ ਵਿੱਚ ਆਪ ਜੀ ਨੇ ਸਰਵਣ ਕੀਤਾ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਆਪਣੇ ਪੁੱਤਰਾਂ ਦੀ ਪਰਖ ਕਰ ਰਹੇ ਨੇ। ਕਈ ਆਨੇ ਬਹਾਨੇ ਲਾ ਕੇ ਬਾਬਾ ਪ੍ਰੀਤੀ ਚੰਦ ਜੀ ਨੇ ਲਾਹੌਰ ਜਾਣ ਦਾ ਜਵਾਬ ਦੇ ਦਿੱਤਾ। ਗੁਰੂ ਪਾਤਸ਼ਾਹ ਜੀ ਨੇ ਆਪਣੇ ਦੋਨੇ ਛੋਟੇ ਸਪੁੱਤਰਾਂ ਨੂੰ ਦਰਬਾਰ ਵਿੱਚ ਬੁਲਾਇਆ। ਬਾਬਾ ਮਹਾਦੇਵ ਜੀ ਨੂੰ ਆਖਿਆ ਤੁਸੀਂ ਲਾਹੌਰ ਜਾਓ, ਵਿਆਹ ਵੇਖ ਕੇ ਆ ਜਾਓ। ਉਹ ਕਹਿਣ ਲੱਗੇ ਪਿਤਾ ਜੀ ਮੇਰਾ ਦੀਨ ਦੁਨੀਆ ਨਾਲ ਕੋਈ ਵਾਸਤਾ ਨਹੀਂ, ਮੇਰੀ ਬਿਰਤੀ ਫਕੀਰਾਂ ਵਾਲੀ ਹੈ, ਸਮਾਜ ਦੇ ਰਿਸ਼ਤੇ ਮਾਇਆ ਨਾਲ ਜੁੜੇ ਨੇ ਮੇਰੇ ਕੋਲ ਆਏ ਨੇ ਤੇ ਨਾ ਮੈਨੂੰ ਜ਼ਰੂਰ ਦੱਸਿਆ। ਜਦੋਂ ਮੈਂ ਉਹਨਾਂ ਲੋਕਾਂ ਨਾਲ ਉੱਠਣਾ ਬੈਠਣਾ ਨਹੀਂ ਚਾਹੁੰਦਾ ਤੇ ਮੇਰਾ ਜਾਣ ਨਾਲ ਉੱਥੇ ਕੋਈ ਲਾਭ ਵੀ ਨਹੀਂ ਹੋਣਾ। ਬਾਬਾ ਮਹਾਦੇਵ ਜੀ ਨੇ ਆਪਣੀ ਮਜਬੂਰੀ ਸਤਿਗੁਰਾਂ ਦੇ ਸਨਮੁਖ ਰੱਖ ਕੇ ਜਾਣ ਤੋਂ ਇਨਕਾਰ ਕਰ ਦਿੱਤਾ। ਇਹਨਾਂ ਸਾਰੇ ਪ੍ਰਕਰਨਾਂ ਨੂੰ ਆਪ ਜੀ ਨੇ ਵਿਸਥਾਰ ਸਹਿਤ ਸਰਵਣ ਕੀਤਾ। ਆਓ ਕੁਝ ਸਮਾਂ ਮਨ ਚਿੱਤ ਬਿਰਤੀਆਂ ਨੂੰ ਏਕਾਗਰ ਬਣਾਈਏ, ਪ੍ਰੇਮ ਦੀ ਪਾਓ ਸਾਂਝ, ਬਖਸ਼ੋ ਆਸੀਸ, ਗੱਜ ਵੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਮੋਤੇ ਨਹੀਂ ਤਹਿ ਜਾਇਓ ਹੋ ਜਾਏ, ਆਵਨ ਜਾਵਨ ਸ਼ਰਮ ਕੋ ਪਾਏ। ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਆਪਣੇ ਪੁੱਤਰਾਂ ਦੇ ਪਰਖ ਦੀ ਕਸਵੱਟੀ ਸੰਗਤਾਂ ਦੇ ਸਾਹਮਣੇ ਲਾ ਰਹੇ। ਦੂਜੇ ਸਪੁੱਤਰ ਬਾਬਾ ਮਹਾਦੇਵ ਜੀ ਆਖਣ ਲੱਗੇ ਪਾਤਸ਼ਾਹ ਮੇਰੇ ਤੋਂ ਵੀ ਜਾਇਆ ਨਹੀਂ ਜਾਣਾ,
ਕਿਉਂਕਿ ਮੇਰੀ ਬਿਰਤੀ ਸਮਾਧ ਦੇ ਨਾਲ ਨਹੀਂ ਮਿਲਦੀ। ਮੈਨੂੰ ਇਕਾਂਤ ਵਿੱਚ ਇਕੱਲਿਆਂ ਰਹਿਣਾ ਪਸੰਦ ਹੈ। ਦੁਨਿਆਵੀ ਰਿਸ਼ਤਿਆਂ ਦੇ ਨਾਲ ਮੈਨੂੰ ਮੋਹ ਕੋਈ ਨਹੀਂ। ਜਵਾਬ ਬਾਬਾ ਮਹਾਦੇਵ ਜੀ ਨੇ ਵੀ ਦੇ ਦਿੱਤਾ ਹੈ, ਪਰ ਇਹਨਾਂ ਦੇ ਜਵਾਬ ਤੇ ਪ੍ਰਿਥੀ ਚੰਦ ਦੇ ਜਵਾਬ ਵਿੱਚ ਫਰਕ ਹੈ। ਉਹਨਾਂ ਦੇ ਜਵਾਬ ਅੰਦਰ ਛਲ ਹੈ, ਕਪਟ ਹੈ। ਬਾਬਾ ਮਹਾਦੇਵ ਜੀ ਦੇ ਹਿਰਦੇ ਵਿੱਚ ਨਾ ਕੋਈ ਛਲ ਹੈ ਨਾ ਕੋਈ ਕਪਟ ਹੈ। ਉਹਨਾਂ ਨੇ ਆਪਣੀ ਮਜਬੂਰੀ ਪਾਤਸ਼ਾਹ ਦੇ ਸਨਮੁਖ ਰੱਖੀ ਹੈ, ਮਹਾਰਾਜ ਦੁਨੀਆਦਾਰਾਂ ਦੇ ਨਾਲ ਮੇਰਾ ਮਨ ਨਹੀਂ ਮਿਲਦਾ ਤੇ ਨਾ ਮੈਨੂੰ ਉੱਥੇ ਕੋਈ ਜਾਣਦਾ ਤੇ ਨਾ ਮੈਂ ਐਸੇ ਸਮਾਜ ਦਾ ਹਿੱਸਾ ਬਣਨਾ ਚਾਹੁੰਦਾ। ਗੁਰੂ ਰਾਮਦਾਸ ਮਹਾਰਾਜ ਸੁਣ ਕੇ ਚੁੱਪ ਹੋ ਗਏ। ਇਮ ਕੈ ਮੋਨ ਰਹਿਓ ਤਿਸ ਕਾਲ, ਜੁਗਮ ਪੁੱਤਰ ਮਹੀਰ ਗੋਪਾ ਕਿਰਪਾਲ। ਦੋਵੇਂ ਪੁੱਤਰਾਂ ਨੂੰ ਸਾਹਿਬ ਨੇ ਪਰਖ ਲਿਆ, ਵੇਖ ਲਿਆ, ਬਾਬਾ ਪ੍ਰਿਥੀ ਚੰਦ ਦੀ, ਬਾਬਾ ਮਹਾਦੇਵ ਦੀ, ਕਹਿਣਾ ਨਹੀਂ ਬਣਿਆ। ਬੇਸ਼ੱਕ ਬਾਬਾ ਮਹਾਦੇਵ ਸਾਧੂ ਨੇ, ਫਕੀਰ ਨੇ, ਪਰ ਕਿਤੇ ਨਾ ਕਿਤੇ ਗੁਰੂ ਪਾਤਸ਼ਾਹ ਦਾ ਬਚਨ ਮੰਨਣਾ ਚਾਹੀਦਾ ਸੀ। ਚਲੋ ਕਸੂਰ ਨਹੀਂ ਹੁੰਦਾ। ਕੱਲ ਆਪ ਜੀ ਨੇ ਸਰਵਣ ਕੀਤਾ ਨਾ, ਜੈਸਾ ਬੀਜੈ ਸੋ ਲੁਣੈ ਕਰਮਾ ਸੰਗੜਾ। ਮਨੁੱਖ ਦੇ ਜੋ ਕਰਮ ਨੇ ਵਾਹਿਗੁਰੂ ਜੀ ਨੂੰ ਜਿੱਥੇ ਰੱਖਦਾ ਉਹ ਤੋਂ ਬਾਹਰ ਜਾ ਹੀ ਨਹੀਂ ਸਕਦਾ। ਜੇ ਮਨੁੱਖ ਦੇ ਵੱਸ ਹੋਵੇ ਇਨਸਾਨ ਦੁਨੀਆਂ ਨੂੰ ਜਿਉਂ ਨਾ ਦੇਵੇ। ਹੰਕਾਰ ਦੀਆਂ ਵੱਡੀਆਂ ਵੱਡੀਆਂ ਡੀਗਾਂ ਮਾਰ ਕੇ ਬੜਿਆਂ ਨੇ ਬੜਾ ਕੁਝ ਸੋਚਿਆ, ਅਸੀਂ ਦੇਸ਼ ਵੱਸ ਕਰ ਲਾਂਗੇ, ਅਸੀਂ ਦੁਨੀਆਂ ਵੱਸ ਕਰ ਲਾਂਗੇ। ਨਹੀਂ ਕਰ ਸਕਦੇ, ਰੱਖਦਾ ਤੀ ਉਹੀ ਹੈ, ਪਰ ਉਹਦੀ ਰਜ਼ਾ ਵਿੱਚ ਰਹਿਣਾ ਨਾ ਰਹਿਣਾ ਇਹ ਮਨੁੱਖ ਦੀ ਮਰਜ਼ੀ ਹੈ। ਉਹ ਦਾਇਰਾ ਸਿਰ ਦਿੰਦਾ, ਕਰਮ ਰੱਖ ਦਿੰਦਾ ਕੋਲੇ, ਕੀ ਕਰਨਾ ਕੀ ਨਹੀਂ ਕਰਨਾ। ਜੇ ਤੇ ਆਸਰਾ ਤੱਕੂਗਾ ਉਹਦੀ ਕਿਰਪਾ ਨਾਲ ਸਭ ਕੁਝ ਹੋ ਜਾਣਾ, ਜੇ ਆਸਰਾ ਨਾ ਤੱਕਿਆ ਫਿਰ ਉਹ ਕਰਮਾਂ ਨੂੰ ਕੋਸੀ ਜਾਂਦਾ। ਬਾਬਾ ਮਹਾਦੇਵ ਜੀ ਨੇ ਭਰੇ ਦਰਬਾਰ ਵਿੱਚ ਜਦੋਂ ਪਿਤਾ ਜੀ ਨੂੰ ਮੱਥਾ ਟੇਕ ਕੇ ਕਹਿ ਦਿੱਤਾ, ਸਤਿਗੁਰ ਜੀ ਮੈਂ ਤਾਇਆ ਜੀ ਨਾਲ ਨਹੀਂ ਜਾ ਸਕਦਾ। ਗੁਰੂ ਸਾਹਿਬ ਨੇ ਗੁੱਸਾ ਨਹੀਂ, ਕਦੇ ਵੀ ਸਿਆਣੇ ਪੁਰਸ਼ ਗੱਲਾਂ ਬਾਤਾਂ ਜਦੋਂ ਸਹੀ ਨਹੀਂ ਕਰਦੇ, ਉਹਨਾਂ ਨੂੰ ਪਤਾ ਇਹ ਦੁਨਿਆਵੀ ਗੱਲਾਂ ਨੇ, ਆਪੋ ਆਪਣੀ ਬਿਰਤੀ ਹੈ, ਆਪੋ ਆਪਣੀ ਸੋਚ ਹੈ। ਗੁਰੂ ਪਾਤਸ਼ਾਹ ਕਹਿੰਦੇ ਠੀਕ ਹੈ ਪੁੱਤਰ ਜੀ, ਜਿਵੇਂ ਤੁਹਾਡੀ ਮਰਜ਼ੀ ਹੈ। ਨਹੀਂ ਆਗਿਆ ਕੋ ਮਨ ਹੈ ਮੇਰੀ, ਜਾਣਤੇ ਆਪਣੀ ਸਮਤ ਬੜੇਰੀ। ਪਾਤਸ਼ਾਹ ਜਾਣਦੇ ਨੇ ਇਹ ਆਪਣੀ ਮਤ ਨੂੰ ਸਿਆਣਾ ਸਮਝਦੇ ਆ, ਭਾਵੇ ਕਿ ਬਾਬਾ ਮਹਾਦੇਵ ਜੀ ਭਗਤੀ ਵਾਲੇ ਆ, ਬਦਗੀ ਵਾਲੇ ਆ, ਪਰ ਕਿਤੇ ਨਾ ਕਿਤੇ ਆਪਣੀ ਮਤ ਤੇ ਵਰਤ ਰਹੇ ਆ ਨਾ ਵੀ ਮੈਨੂੰ ਜਾਣਾ ਹੀ ਨਹੀਂ ਚਾਹੀਦਾ, ਮਤ ਤੇ ਫਿਰ ਵਰਤ ਲਈ ਨਾ। ਧਰਮੀ ਹੋਣਾ ਕਿਹੜਾ ਦੁੱਖ ਹੈ, ਅਸੀਂ ਵੀ ਧਰਮੀ ਕਹਾਉਂਦੇ ਹਾਂ, ਧਰਮੀ ਬਣੇ ਹੋਏ ਹਾਂ, ਧਰਮ ਨਾਲ ਜੁੜੇ ਹੋਏ ਹਾਂ, ਕਿਤੇ ਸਾਡੀ ਮਤ ਕਹਿੰਦੀ ਤੇਰੇ ਤੇ ਭਾਗ ਬਹੁਤ ਵੱਡੇ ਆ, ਤੂੰ ਤੇ ਕਰਮਾਂ ਵਾਲਾ, ਤੇਰੇ ਤੇ ਰੱਬ ਬੜਾ ਖੁਸ਼ ਹੁੰਦਾ ਏ, ਵਾਹਿਗੁਰੂ ਮੇਰੀ ਸੁਣਦਾ ਬੜੀ ਹੈ। ਅਸੀਂ ਕਈ ਵਾਰ ਨਾ ਲੋਕਾਂ ਨੂੰ ਸ਼ਰਾਬ ਦਿੰਦੇ, ਲੜਦੇ ਵੀ ਕਹਿੰਦੇ ਕੋਈ ਨੀ ਤੂੰ ਮੇਰਾ ਦਿਲ ਦੁਖਾਇਆ, ਮੇਰਾ ਵਾਹਿਗੁਰੂ ਮੇਰੇ ਨੇੜੇ ਹੈ। ਹੁਣ ਇਹ ਸੋਚ ਕੇ ਵੇਖੋ ਵੀ ਇਹ ਗੱਲਾਂ ਜੇ ਉਹ ਬੰਦਿਆਂ ਤੂੰ ਕਹਿਣ ਲੱਗਾ ਹੋਇਆ, ਇਹਦੇ ਕੀ ਕਹਿਣਾ ਚਾਹੁੰਦਾ ਕਿ ਮੇਰਾ ਰੱਬ ਤੇਰਾ ਸਰਬਨਾਸ਼ ਕਰਦੇ, ਤੇਰਾ ਕੱਖ ਨਾ ਛੱਡੇ, ਤੂੰ ਮੈਨੂੰ ਦੁਖੀ ਕਰਦਾ। ਕਿਤੇ ਨਾ ਕਿਤੇ ਬੰਦਾ ਧਰਮ ਨਾਲ ਜੁੜ ਕੇ ਵੀ ਹੰਕਾਰ ਦੇ ਭਾਵ ਦੇ ਵਿੱਚ ਹੀ ਤੁਰਿਆ ਫਿਰਦਾ। ਬਾਬਾ ਮਹਾਦੇਵ
ਪ੍ਰਿਥੀ ਚੰਦ ਨਾਲ ਵੱਖਰਾ ਸੁਭਾਅ ਰੱਖਦੇ ਨੇ, ਪਰ ਕੀ ਕਰੀਏ ਵੱਖਰੇ ਸੁਭਾਅ ਦਾ? ਜਵਾਬ ਉਹਨਾਂ ਦਿੱਤਾ, ਜਵਾਬ ਇਹਨਾਂ ਵੀ ਦੇਤਾ, ਆਖੋ ਸਤਨਾਮ। ਗੁਰੂ ਸਾਹਿਬ ਦਾ ਬਚਨ ਨਹੀਂ ਮੰਨਿਆ, ਮਰਜ ਅੰਦਰੋਂ ਅੰਦਰ ਮੁਸਕਰਾ ਰਹੇ ਨੇ, ਕੋਈ ਨੀ ਭਾਈ ਤੁਹਾਡੇ ਕਰਮਾਂ ਚ ਜੋ ਹੈ ਤੁਸੀਂ ਉਹੀ ਪਾਉਣਾ ਏ। ਬਾਬ ਸ੍ਰੀ ਅਰਜਨ ਕੀ ਦਿਸ਼ ਦੇਖਾ, ਜਿਨ ਕਮਰ ਦੁਲਖ ਸੀਲ ਵਸਿਖਾ। ਫਿਰ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਸਭ ਤੋਂ ਛੋਟੇ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਦਾ ਵੇਖਿਆ, ਹੱਥ ਜੋੜੀ ਨੀਵੀਂ ਪਾ ਕੇ ਖੜੇ, ਉਮਰ ਛੋਟੀ ਹੈ, ਸੁਸ਼ੀਲ ਸੁਭਾਅ ਹੈ, ਕਦੇ ਅੱਖਾਂ ਚੁੱਕ ਪਿਤਾ ਗੁਰੂ ਦੀਆਂ ਅੱਖਾਂ ਚੱਖਾਂ ਦੀ ਸੀ। ਇੱਕ ਵਾਰ ਸਤਿਗੁਰੂ ਆਖਣ ਲੱਗੇ, ਛੋਟੇ ਪੁੱਤਰ ਜੀ ਅਰਜਨ ਜੀ, ਕਹਿੰਦੇ ਜੀ ਪਾਤਸ਼ਾਹ। ਸਿਰਫ ਇੰਨਾ ਹੀ ਸੁਣਿਆ, ਉਸੇ ਵਕਤ ਹਾਜ਼ਰ ਜਵਾਬ ਹੋ ਗਏ, ਪਿਤ ਕੇ ਸਨ ਮੁਖ ਪਿਖੇ ਨ ਸੋਏ, ਪ੍ਰਤਿਉੱਤਰ ਕਹਿ ਬੋ ਕੇ ਨ ਹੋਏ। ਕਹਿੰਦੇ ਪਿਤਾ ਜੀ ਦੇ ਸਾਹਮਣੇ ਕਦੇ ਅੱਖਾਂ ਚੁੱਕ ਗੁਰੂ ਅਰਜਨ ਪਾਤਸ਼ਾਹ ਨੇ ਨਹੀਂ ਵੇਖਿਆ, ਜਵਾਬ ਕਿੱਥੋਂ ਦੇ ਦੇਣਗੇ, ਇੰਨੀ ਹਿੰਮਤ ਕਿੱਥੋਂ? ਇੱਥੇ ਜਿਹੜਾ ਹਿੰਮਤ ਸ਼ਬਦ ਆਇਆ, ਇਹਦਾ ਭਾਵ ਦੁਨਿਆਵੀ ਨਹੀਂ, ਪਾਤਸ਼ਾਹ ਦਾ ਮਤਲਬ ਮੇਰਾ ਕੋਈ ਪਿਆਰਾ ਸੱਜਣ ਐਸਾ ਹੈ, ਉਹ ਮੇਰੇ ਤੋਂ ਕੁਝ ਮੰਗੇ, ਮੇਰੀ ਹਿੰਮਤ ਨਹੀਂ ਪੈਂਦੀ, ਮੈਂ ਜਵਾਬ ਦੇ ਗਿਆ। ਨੈਗੇਟਿਵ ਥਾਟ ਥੋੜੀ, ਇਹ ਪੋਜ਼ਿਟਿਵ ਹੈ। ਭਾਵ ਉਸ ਮਨੁੱਖ ਦੀ ਇੱਜ਼ਤ ਸਾਡੇ ਅੰਦਰ ਹੈ, ਉਹਦੀ ਰਿਸਪੈਕਟ ਹੈ, ਉਹਦੇ ਲਈ ਪਿਆਰ ਹੈ, ਉਹਦੇ ਲਈ ਸ਼ਰਧਾ ਹੈ, ਉਹਦੇ ਲਈ ਸਤਿਕਾਰ ਹੈ, ਚਾਹ ਕੇ ਵੀ ਜਵਾਬ ਨਹੀਂ ਦੇ ਸਕਦੇ। ਤੇ ਇਹੀ ਸ਼ਬਦ ਜੇ ਦਰਿਆਵੀ ਭਾਸ਼ਾ ਚ ਵਰਤੀਏ ਕਿ ਕਿਸੇ ਦੀ ਹਿੰਮਤ ਹੈ ਕੋਈ ਸਾਡੇ ਸਾਹਮਣੇ, ਸ਼ਬਦ ਉਹੀ ਹੈ। ਜਦ ਉਹਦੇ ਪਿੱਛੇ ਭਾਵ ਬਦਲ ਜਾਂਦੇ ਆ, ਫਿਰ ਅਰਥ ਬਦਲ ਜਾਂਦੇ ਨੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਹਿੰਮਤ ਨਹੀਂ, ਭਾਵ ਇੰਨੀ ਨਿਰਮਾਣਤਾ ਅੰਦਰ ਹੈ, ਜਿਹੜੇ ਪਿਤਾ ਜੀ ਦੇ ਨੇਤਰਾਂ ਚ ਨੇਤਰ ਪਾ ਕੇ ਨਹੀਂ ਵੇਖ ਸਕਦੇ, ਉਹ ਕਦੇ ਜਵਾਬ ਦੇ ਸਕਦੇ ਆ? ਭਾਵ ਇੰਨੇ ਡਰੂਰਤ ਨਿਮਰਤਾਵਾਨ ਹਨ, ਕਰ ਜੋਰੇ ਥਿਰ ਨਮਰ ਅਗਾਰੇ, ਸੁਤ ਅਰਜਨ ਬਨ ਆਇ ਸੁਕਾਰੇ। ਜੀ ਪਿਤਾ ਜੀ ਹੁਕਮ ਕਰੋ। ਗੁਰੂ ਅਰਜਨ ਦੇ ਮਰਦ ਨੇ ਜਦੋਂ ਇਹ ਬਚਨ ਸਤਿਗੁਰਾਂ ਦਾ ਸੁਣਿਆ ਤੇ ਗੁਰੂ ਸਾਹਿਬ ਨੇ ਆਖਿਆ, ਪੁੱਤਰ ਜੀ, ਕਹਿੰਦੇ ਹਾਂਜੀ ਪਿਤਾ ਜੀ, ਕਹਿੰਦੇ ਆਗਿਆਕਾਰੀ ਬਣੋ। ਪਹਿਲਾਂ ਪੁੱਤਰ ਮਰਦ ਆਏ ਸੀ, ਆਗਿਆਕਾਰੀ ਬਣੋ, ਬਾਣੀ ਪੜ੍ਹਦੇ ਹਨ, ਆਗਿਆਕਾਰੀ ਬਣੋ। ਜਿਹਨੇ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ ਉਹ ਆਗਿਆ ਦਾ ਪਾਲਣ ਕਰਦਾ ਹੈ। ਆਗਿਆ ਮੰਨਣੀ ਬਹੁਤ ਔਖੀ ਹੈ, ਪ੍ਰਭ ਕੀ ਆਗਿਆ ਸੱਤ 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 ਕਰ ਮੰਨੀ, ਜਿਨ੍ਹਾਂ ਨੇ ਗੁਰੂ ਦੇ ਹੁਕਮ ਨੂੰ ਮੰਨਿਆ, ਆਗਿਆ ਮਤਲਬ ਗੁਰੂ ਦੇ ਹੁਕਮ ਦੇ ਮੁਤਾਬਕ ਹੀ ਚੱਲਣਾ, ਉਹ ਆਗਿਆ, ਉਹ ਤੋਂ ਬਾਅਦ ਨਹੀਂ ਚੱਲਣਾ। ਨਿਤ ਸ਼ਬਦ ਪੜ੍ਹਦੇ ਉਹਨਾਂ ਆਗਿਆ ਭਈ ਅਕਾਲ ਕੀ, ਆਗਿਆ ਕੀ ਹੈ? ਤਵੀ ਚਲਾਇਓ ਪੰਥ, ਅੱਗੇ ਫਿਰ ਇੱਕ ਹੁਕਮ ਆ ਗਿਆ ਸ਼ਬਦ, ਸਭ ਸਿਖਰ ਨੂੰ ਹੁਕਮ ਹੈ ਗੁਰੂ ਮਾਰਿਓ ਗ੍ਰੰਥ। ਹੁਣ ਹੁਕਮ ਤੇ ਆਗਿਆ ਆਗਿਆ ਦਾ ਭਾਵ ਕੀ, ਤੁਹਾਨੂੰ ਇਹ ਗੱਲ ਆਖੀ ਗਈ ਹੈ, ਵਿਧਾਨ ਹੈ ਤੁਹਾਡੇ ਲਈ, ਇਹ ਤੋਂ ਬਾਹਰ ਨਾ ਜਾਇਓ, ਤੇ ਹੁਕਮ ਵੀ ਇਹੀ ਹੈ, ਵਿਧਾਨ ਵੀ ਇਹੀ ਹੈ। ਗੁਰੂ ਅਰਜਨ ਦੇ ਪਾਤਸ਼ਾਹ ਜੀ ਆਖਣ ਲੱਗੇ, ਜੀ ਪਤਾ ਜੀ, ਸਤਿਗੁਰੂ ਕਹਿੰਦੇ ਪੁੱਤਰ ਜੀ ਫਿਰ ਆਗਿਆਕਾਰੀ ਬਣ ਜਾਓ।
ਨਿਜ ਤਾਊ ਕੇ ਸੰਗ ਸਿਧਾਵੋ, ਰਾਤ ਬਿਆਹੋ ਮੇਹ ਮਿਲ ਹਰ ਖਾਵੋ। ਜਾਓ ਆਪਣੇ ਤਾਇਆ ਜੀ ਦੇ ਨਾਲ ਲਾਹੌਰ ਚਲੇ ਜਾਓ ਤੇ ਆਪਣੇ ਭਰਾ ਦੇ ਵਿਆਹ ਵਿੱਚ ਜਾ ਕੇ ਸ਼ੋਭਾ ਪਾਓ। ਹੁਣ ਤਿੰਨਾਂ ਨੂੰ ਵੱਖ ਵੱਖ ਉਪਦੇਸ਼, ਪ੍ਰਿਥੀ ਚੰਦ ਜੀ ਨੂੰ ਆਖਿਆ ਤੂੰ ਕੰਮ ਕਰਾ ਲਓ, ਮਹਾਦੇਵ ਜੀ ਨੂੰ ਆਖਿਆ ਤੁਸੀਂ ਵਿਆਹ ਵੇਖ ਕੇ ਆਓ, ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਆਖਦੇ ਕਹਿੰਦੇ ਤੁਸੀਂ ਸ਼ੋਭਾ ਪਾਓ, ਸ਼ੋਭਾ ਵਧੀਆ ਮਾਣ ਸਨਮਾਨ ਲੈ ਕੇ ਆਓ, ਕਿਉਂਕਿ ਉਹ ਰਿਸਪੈਕਟਡ ਨੇ, ਸਤਿਕਾਰਤ ਨੇ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇ ਮਹਾਰਾਜ ਇਹ ਕਹਿ ਲਓ ਕਮਲ ਦੇ ਫੁੱਲ ਵਾਂਗ, ਗੁਲਾਬ ਦੇ ਫੁੱਲ ਵਰਗੇ ਨੇ, ਬਹੁਤ ਸੋਫਟ ਨੇ, ਬੜੇ ਨਰਮ ਨੇ, ਜਵਾਬ ਤੇ ਉਹਨਾਂ ਦੇ ਕੋਲ ਹੈ ਹੀ ਨਹੀਂ ਕਿਤੇ, ਭਾਵੇਂ ਗੁਰੂ ਸਾਹਿਬ ਕਿਤੇ ਵੀ ਭੇਜ ਦੇਣ ਸਤਿਗੁਰ ਨਹੀਂ ਹੋਏ। ਸਤਿਗੁਰੂ ਕਹਿੰਦੇ ਵਿਆਹ ਵਿੱਚ ਜਾਇਓ, ਭਰਾਤਾ ਦਾ ਵਿਆਹ ਹੈ, ਤਾਇਆ ਜੀ ਦੇ ਪੁੱਤਰ ਦਾ, ਇਹਨਾਂ ਦੇ ਨਾਲ ਮਾਹੌਲ ਜਾ ਕੇ ਸੰਗਤਾਂ ਨੂੰ ਦਰਸ਼ਨ ਦੇਵੋ। ਬੰਧਨ ਕੀ ਪੰਕਤ ਮਿਹ ਜਾਏ, ਉਤਸਵ ਭਿਖੋ ਹੋਏ ਜਿਸ ਪਾਏ। ਲਾਹੌਰ ਦੀਆਂ ਸੰਗਤਾਂ ਨੂੰ ਮਿਲ ਕੇ ਆਇਓ, ਉਤਸਵ ਸਮਾਗਮ ਵਿਆਹ ਦੇ ਵੇਖ ਕੇ ਆਇਓ। ਕਹਿੰਦੇ ਸਤਿਗੁਰ ਮਿਲਦਾ ਨਹੀਂ, ਕੋਈ ਬਹਾਨਾ ਨਹੀਂ, ਕੋਈ ਆਨਾ ਕਾਨੀ ਨਹੀਂ, ਕੋਈ ਸਵਾਲ ਜਵਾਬ ਨਹੀਂ, ਸਹਿਜ ਸੁਭਾਈ ਮਰਗ ਦਾ ਹੁਕਮ ਮੰਨ ਕੇ ਆਇਆ ਤੇ ਮਰਗ ਕਹਿੰਦੇ ਹੁਣੇ ਜਾਓ। ਪ੍ਰਿਥੀ ਚੰਦ ਜੀ ਵੀ ਕੋਲ ਖੜੇ, ਮਹਾਦੇਵ ਜੀ ਵੀ ਕੋਲ ਖੜੇ ਨੇ ਤੇ ਬਾਬਾ ਪ੍ਰਿਥੀ ਚੰਦ ਖੁਸ਼ ਨੇ, ਛੋਟੇ ਭਰਾ ਜਾਣਗੇ ਤੇ ਪਿਤਾ ਗੁਰੂ ਦਾ ਧਿਆਨ ਸਾਡੇ ਤੇ ਆਊਗਾ, ਕਿਉਂਕਿ ਅਸੀਂ ਕੋਲ ਰਹੇ। ਜਿਹੜੇ ਦੂਰ ਹੋਣਗੇ ਉਹ ਭੁੱਲ ਹੀ ਜਾਂਦੇ ਨੇ। ਇੱਕ ਮਾਸ ਤੋਂ ਇਨ ਸੰਗ ਰਹੋ, ਉਨ ਧਰਮ ਸਾਲ ਆਪਣੇ ਬਹੋ। ਕਸਬੱਟੀ ਇੱਥੇ ਵੀ ਚੱਲ ਰਹੀ ਹੈ, ਜੇ ਕਸਬੱਟੀ ਬਾਬਾ ਪ੍ਰਿਥੀ ਚੰਦ ਜੀ ਤੇ ਲੱਗੀ ਹੈ, ਜੇ ਕਸਬੱਟੀ ਮਹਾਦੇਵ ਜੀ ਤੇ ਲੱਗੀ ਹੈ ਤੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਉੱਤੇ ਤੇ ਹੋਰ ਸੱਚ ਧੋਣੀ ਹੈ। ਸਤਿਗੁਰੂ ਕਹਿੰਦੇ ਇੱਕ ਮਹੀਨਾ ਤੁਸੀਂ ਵਿਆਹ ਵਾਲੇ ਘਰ ਚ ਰਹਿਣਾ, ਹੱਸ ਕੇ ਰਹੋ, ਰੋ ਕੇ ਰਹੋ, ਸੁੱਖਾਂ ਨਾਲ ਰਹੋ, ਦੁਖੀ ਹੋ ਕੇ ਰਹੋ। ਕਹਿੰਦੇ ਸਤਿਗੁਰੂ ਮਰਦ ਕਹਿੰਦੇ ਫਿਰ ਇੱਕ ਮਹੀਨੇ ਤੋਂ ਬਾਅਦ ਅਗਲਾ ਸਮਾਂ ਘਰ ਵਿਛਾਉਣਾ ਸਾਂਝੀ ਥਾਂ ਗੁਰੂ ਘਰ, ਜਿੱਥੇ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਜੱਦੀ ਘਰ ਸੀ। ਮਰਦ ਕਹਿੰਦੇ ਇੱਕ ਮਹੀਨੇ ਤੋਂ ਬਾਅਦ ਤੁਸੀਂ ਉੱਥੇ ਜਾਣਾ ਏ। ਹਰ ਵੇਲੋ ਕਚਰ ਲਾਵੋ, ਸਭ ਸੰਗਤ ਸਤਨਾਮ ਜਪਾਵੋ। ਧਰਮਸ਼ਾਲਾ ਵਿੱਚ ਆ ਕੇ ਉੱਥੋਂ ਦਾ ਪ੍ਰਬੰਧ ਸੰਭਾਲਿਓ, ਉੱਥੋਂ ਦੀਆਂ ਸੰਗਤਾਂ ਨੂੰ ਸੰਭਾਲਿਓ, ਨਾਮ ਜਪਿਓ ਤੇ ਨਾਮ ਜਪਾਇਓ। ਇਹ ਦੂਜਾ ਹੁਕਮ ਹੈ। ਪਹਿਲਾ ਹੁਕਮ ਵਿਆਹ ਵਿੱਚ ਜਾਣਾ, ਉਹਦੀ ਸੀਮਾ ਨਿਰਧਾਰਿਤ ਕਰਦੀ ਵੀ ਇੱਕ ਮਹੀਨਾ ਰਹਿਣਾ ਹੀ ਹੈ, ਉਹ ਤੋਂ ਬਾਅਦ ਧਰਮਸ਼ਾਲਾ ਜਾਇਓ, ਫਿਰ ਵਿਆਹ ਵਾਲੇ ਘਰ ਚ ਨਹੀਂ ਰਹਿਣਾ, ਤਾਇਆ ਜੀ ਦੇ ਘਰ ਨਹੀਂ ਰਹਿਣਾ ਸ਼ਰੀਕੇ ਦੇ ਵਿੱਚ। ਫਿਰ ਜਿੱਥੇ ਧਰਮਸ਼ਾਲਾ ਇਹ ਸਾਂਝੀ ਥਾਂ ਬਣੀ ਹੈ, ਸੰਗਤਾਂ ਬਹਿ ਕੇ ਨਾਮ ਜਪਦੀਆਂ ਨੇ, ਅਰਜਨ ਜੀ ਉੱਥੇ ਬੈਠ ਕੇ ਸੰਗਤ ਨੂੰ ਸਿਮਰਨ ਕਰਾਇਓ, ਪ੍ਰਭੂ ਦੀ ਬੰਦਗੀ ਨਾਲ ਜੋੜਿਓ। ਜਬ ਹਮ ਤੁਮਕੋ ਬੋਲ ਪਠਾਵੇ, ਲਿਖੇ ਪੱਤਰ ਕਾ ਪ੍ਰੇਮ ਬੜਾਵੇ। ਤੀਜਾ ਹੁਕਮ, ਕਿਉਂਕਿ ਪਹਿਲਾ ਮੰਨ ਲਿਆ ਤਾਂ ਦੂਜਾ ਹੋਇਆ, ਦੂਜਾ ਮੰਨਿਆ ਗਿਆ
ਤਾਂ ਹੁਣ ਤੀਜੀ ਡਿਮਾਂਡ ਹੈ। ਜੇ ਪਹਿਲਾਂ ਹੀ ਨਾ ਮੰਨਿਆ ਹੁੰਦਾ ਤੇ ਦੂਜਾ ਕਿੱਥੋਂ ਆਉਣਾ ਸੀ। ਹਰ ਪਹਿਲਾ ਸਵਾਲ ਖਤਮ ਹੋਣ ਤੋਂ ਬਾਅਦ ਦੂਜੇ ਸਵਾਲ ਨੂੰ ਜਨਮ ਦਿੰਦਾ ਹੈ। ਗੁਰੂ ਪਾਤਸ਼ਾਹ ਕਹਿੰਦੇ ਪੁੱਤਰ ਜੀ ਤੀਜੀ ਗੱਲ ਸੁਣ ਲਓ, ਜਦੋਂ ਤੱਕ ਅਸੀਂ ਬੁਲਾਈਏ ਨਾ ਤੁਸੀਂ ਲਾਹੌਰ ਤੋਂ ਕਦੇ ਗੋਇੰਦਵਾਲ ਸਾਹਿਬ ਨਹੀਂ ਆਉਣਾ। ਉਹ ਸਤਨਾਮ ਗੱਲਾਂ ਬੁਲਾਉਣਾ ਨਹੀਂ। ਮਰਦ ਕਹਿੰਦੇ ਜਦੋਂ ਤੱਕ ਅਸੀਂ ਆਪ ਚਿੱਠੀ ਲਿਖ ਤੁਹਾਨੂੰ ਸੱਦਾ ਨਾ ਦੇਈਏ ਪੱਕਾ ਕੰਮ ਕਰ ਰਹੇ ਲਿਖਤ ਪੜਕਦਾ। ਵੀ ਇਹ ਨੀ ਕੋਈ ਆਉਂਦਾ ਜਾਂਦਾ ਸਿੱਖ ਆ ਕੇ ਜੀ ਤੁਹਾਨੂੰ ਮਰਦ ਯਾਦ ਕਰਦੇ ਤੇ ਤੁਸੀਂ ਉਸੇ ਵੇਲੇ ਰੁਕੋ। ਸੱਦੇ ਤੁਹਾਨੂੰ ਭਾਵੇਂ ਸੌ ਆ ਜਾਣ, ਜਦ ਤੱਕ ਸਾਡਾ ਫਤ ਤੁਹਾਨੂੰ ਮਿਲਦਾ ਨਹੀਂ ਲਾਹੌਰ ਉਦੋਂ ਤੱਕ ਤੁਸੀਂ ਵਾਪਸ ਨਹੀਂ ਆਉਣਾ। ਕੱਲਾ ਖੱਤ ਮਿਲਣ ਦਾ ਰੌਲਾ ਨਹੀਂ, ਖੱਤ ਚ ਜੇ ਬੁਲਾਵਾਂਗੇ ਤਾਂ ਆਉਣਾ। ਮਤਲਬ ਇੱਕ ਤਰ੍ਹਾਂ ਦਾ ਸਿਸਟਮ ਉਹ ਕਰਤਾ, ਹੁਕਮ ਐਸਾ ਲਾਤਾ ਵੀ ਸਾਡੇ ਸੱਦੇ ਤੋਂ ਬਿਨਾਂ ਤੁਸੀਂ ਇੱਥੇ ਪੈਰ ਨਹੀਂ ਪਾਉਣਾ। ਹੱਥ ਜੋੜ ਕੇ ਖੜੇ ਉਮਰ ਘਸਵੱਟੀ ਬੜੀ ਔਖੀ ਹੈ ਭਾਵੇਂ ਹਮਰੀ ਦਿਸ਼ਿਆਵਣ ਕਰੋ ਜਵਾਬ ਦਿਓ। ਜੇ ਅਸੀਂ ਸੱਜੀਏ ਵੀ ਪੁੱਤਰ ਆ ਜਾਓ ਤੇ ਤੁਸੀਂ ਚੱਲ ਕੇ ਗੋਇੰਦਵਾਲ ਸਾਹਿਬ ਆਉਣਾ, ਨਹੀਂ ਓਨੀ ਦੇਰ ਉੱਥੇ ਹੀ ਰਹਿ ਕੇ ਤੁਸੀਂ ਸੰਗਤਾਂ ਦੀ ਸੇਵਾ ਕਰਨੀ ਹੈ। ਇਹ ਬਚਨ ਸੁਣ ਬਾਬਾ ਪ੍ਰਿਥੀ ਚੰਦ ਬੜਾ ਖੁਸ਼ ਸੀ ਵੀ ਸ਼ੁਕਰ ਹੈ ਗੁਰੂ ਅਰਜਨ ਦੇਵ ਮਹਾਰਾਜ ਦੂਰ ਹੋਣਗੇ ਤੇ ਗੁਰਗੱਦੀ ਦਾ ਮਾਲਕ ਮੈਂ ਬਣਾਂਗਾ। ਤੋ ਸਤਨਾਮ, ਮੈਂ ਤੇ ਪਿਤਾ ਜੀ ਦੀ ਸੇਵਾ ਹੀ ਬਹੁਤ ਕਰਾਂਗਾ, ਇੰਨੀ ਸੇਵਾ ਪਿਤਾ ਗੁਰੂ ਦੀ ਕਰਾਂਗਾ ਵੀ ਇਹ ਛੋਟੇ ਪੁੱਤਰ ਨੂੰ ਭੁੱਲ ਜਾਣਗੇ। ਜੈਲ ਇੰਸਪੈਕਟਰ ਆ ਨਾ ਈਰਖਾ ਹੈ, ਪਰ ਇੱਧਰ ਬੇਪਰਵਾਹ ਗੁਰੂ ਅਰਜਨ ਦੇਵ ਪਾਤਸ਼ਾਹ ਦੋਨੇ ਹੱਥ ਜੋੜ ਪਿਤਾ ਜੀ ਦੇ ਚਰਨਾਂ ਵੱਲ ਵੇਖ ਰਹੇ ਬਚਨਾਂ ਨੂੰ ਸੁਣਦੇ ਹਨ। ਪਿਤਾ ਗੁਰੂ ਤੇ ਸੁਣ ਕਰ ਮਾਨੇ ਹਾਥ ਜੋੜ ਕਰ ਬਾਖਬ ਖਾਨੇ। ਤਿੰਨ ਬਚਨ ਸਤਿਗੁਰਾਂ ਦੇ ਸੁਣੇ, ਇੱਕ ਵਾਰ ਵੀ ਗੁਰੂ ਦਾ ਹੁਕਮ ਨਹੀਂ ਟੋਕਿਆ ਰੁਕਿਆ, ਸਗੋਂ ਹੱਥ ਜੋੜ ਕੇ ਹੁਣ ਆਖਣ ਲੱਗੇ। ਜਦੋਂ ਸਤਿਗੁਰਾਂ ਸਾਰੇ ਬਚਨ ਕਹਿ ਦਿੱਤੇ, ਕਹਿੰਦੇ ਪਿਤਾ ਜੀ ਸੱਤ ਬਚਨ, ਜੋ ਆਪ ਜੀ ਦਾ ਹੁਕਮ ਹੈ ਮੈਨੂੰ ਸਦਾ ਸਦਾ ਖਿੜੇ ਮੱਥੇ ਕਰਵਾਉਣਾ। ਸਤਨਾਮ, ਇੱਕ ਵਾਰ ਨਹੀਂ ਸਦਾ ਸਦਾ ਪ੍ਰਵਾਨ। ਭਰੀ ਸੰਗਤ ਵਿੱਚ ਬੜੇ ਮਖਮਲੀ ਦੇ ਬੋਲਾਂ ਨਾਲ, ਕਿਉਂਕਿ ਮਖਮਲੀ ਬੋਲੋ ਤੇ ਹੋਣਗੇ ਕਿਤੇ ਹਿਰਦਾ ਲੱਗਦਾ। ਕਈ ਵਾਰ ਅਸੀਂ ਬਾਹਰੋਂ ਮਿੱਠਾ ਬੋਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਸਾਡੇ ਬੋਲਾਂ ਤੋਂ ਪਤਾ ਲੱਗਦਾ ਵੀ ਅੰਦਰ ਜ਼ਹਿਰ ਹੈ, ਅੰਦਰ ਪ੍ਰੋਟਨ ਹੈ। ਤੇ ਨਰਮ ਬੋਲ ਜਿਨ੍ਹਾਂ ਦੇ ਹੋਣਗੇ ਜਿਨ੍ਹਾਂ ਦਾ ਹਿਰਦਾ ਨਰਮ ਹੈ। ਕਹਿੰਦੇ ਪਾਤਸ਼ਾਹ ਜੀ ਸਤਿਗੁਰ ਨਾਥ ਜੀ ਦਾ ਹੁਕਮ ਸਿਰ ਮੱਥੇ ਕਰਦਾ, ਤੁਸੀਂ ਮੈਨੂੰ ਇਸ ਸੇਵਾ ਦੇ ਲਾਇਕ ਜਾਣੇ ਆਏ। ਏ ਤੋ ਸੁਗਮ ਕਾਜ ਮਹਿ ਮੋਹੇ ਪਠੋ ਆਪ ਜਿਹੇ ਆਨੰਦ ਹੋਏ। ਅਗਲਾ ਜਵਾਬ ਸੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦਾ, ਜੀ ਗੁਰਗੱਦੀ ਤੇ ਨਹੀਂ ਬੈਠੇ। ਕਹਿੰਦੇ ਮਹਾਰਾਜ ਮੇਰੇ ਲਈ ਤੇ ਬੜਾ ਸੌਖਾ ਕੰਮ ਹੈ, ਤੁਸੀਂ ਹੁਕਮ ਕੀਤਾ ਲਾਹੌਰ ਜਾਣਾ ਲੈ ਕੇ ਜਾਣਾ ਜਿਨ੍ਹਾਂ ਨੇ ਉਹ ਨਾਲ ਬੈਠੇ ਆ, ਮੈਂ ਤਾਂ ਲੈ ਕੇ ਜਾਣਾ, ਹੁਕਮ ਹੀ ਬਦਲਣਾ ਨਾ ਸੌਖਾ ਏ। ਹੁਕਮ ਮਾਨੇ ਆਪ ਜੀ ਦਾ, ਮੈਂ ਲਾਹੌਰ ਚੱਲਿਆ, ਲਾਹੌਰ ਦੀ ਗੱਲ ਛੱਡ, ਤੁਸੀਂ ਹੁਕਮ ਕਰਕੇ ਮੈਨੂੰ ਤਿੰਨੇ ਲੋਕਾਂ ਵਿੱਚ ਭੇਜੋ, ਮੈਨੂੰ ਉਹ ਵੀ ਪਰਵਾਨਾ ਕਰੋ। ਸਤਨਾਮ, ਅਤੇ ਗੱਲ ਹੀ ਕੁਛ ਨਹੀਂ, ਜਿਹਨ ਬਾਣੀ ਲਿਖਦੀ ਸੇਵਕ ਕੌ ਨਿਕਟੀ ਹੋਏ ਲਿਖਾ ਹੈ। ਗੁਰੂ ਆਪਣੇ ਪਿਆਰਿਆਂ ਨੂੰ, ਆਪਣੇ ਸਿੱਖਾਂ ਸੇਵਕਾਂ ਨੂੰ ਨੇੜੇ ਹੋ ਕੇ ਮਿਲਦਾ ਹੈ।
ਅਰਜਨ ਦੇਵ ਜੀ ਆਖਣ ਲੱਗੇ, ਕਹਿੰਦੇ ਸੱਚੇ ਪਾਤਸ਼ਾਹ ਇੱਕ ਸੌਖਾ ਜਿਹਾ ਕੰਮ, ਔਖਾ ਥੋੜੀ ਹੈ ਕੋਈ, ਮੈਂ ਕਿਹੜਾ ਕੋਈ ਕੰਮ ਕਰਨਾ ਜਾ ਕੇ, ਤੁਸੀਂ ਕਿਹਾ ਲਾਹੌਰ ਜਾਣਾ, ਵਿਆਹ ਵੇਖਣਾ, ਧਰਮਸ਼ਾਲਾ ਸੰਭਾਲਣੀ ਹੈ, ਸਦ ਬਚਨ ਜੀ ਮੈਂ ਜ਼ਰੂਰ ਜਾਵਾਂਗਾ, ਕਿਉਂਕਿ ਖੁਸ਼ੀ ਚ ਬੋਲ ਰਹੇ ਸੀ, ਚੜ੍ਹਦੀ ਕਲਾ ਤੇ ਬੋਲ ਰਹੇ ਸੀ, ਕੋਈ ਗਮ ਨਹੀਂ ਜੀਵਨ ਸੰਸਾਰ ਆਪ ਜੀ ਦਾ ਜਦ ਚਿੱਤ ਕਰੇ ਸਦਾ ਦੇ ਦਿਓ, ਨਾ ਚਿੱਤ ਕਰੇ ਨਾ ਦਿਓ, ਮੇਰਾ ਤੇ ਜੀਵਨ ਹੈ ਹੀ ਇਸੇ ਵਾਸਤੇ ਵੀ ਮੈਂ ਆਪ ਜੀ ਦਾ ਹੁਕਮ ਕਮਾ ਸਕਾਂ, ਖੋ ਸਤਨਾਮ ਮੇਰੀ ਜ਼ਿੰਦਗੀ ਦਾ ਮਕਸਦ ਆਪ ਜੀ ਦਾ ਹੁਕਮ ਮੰਨਣਾ ਹੈ, ਇਸ ਤੋਂ ਬਾਹਰ ਕੁਛ ਨਹੀਂ। ਭਗਤੀ ਦੇ ਬਾਬਾ ਮਹਾਦੇਵ ਜੀ ਵੀ ਕਰਦੇ ਆ, ਕੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਵਰਗਾ ਤਪ ਹੋ ਸਕਦਾ? ਅਸਲ ਤਪ ਇਹ ਹੈ, ਅਸਲ ਬੰਦਗੀ ਇਹ ਹੈ। ਸਵਾਲ ਨਹੀਂ ਜਵਾਬ ਨਹੀਂ ਹੋਈ, ਜੋ ਆਖਿਆ ਉਹ ਸੱਤ ਬਚਨ ਹੈ। ਦੇਰ ਨ ਕਰੂੰ ਪਿਤਾ ਜੀ ਉਹਾਂ, ਪ੍ਰਾਣ ਦਿਉਂ ਮੈਂ ਤੋਰਨ ਤਾਂ। ਇੱਕ ਬੇਨਤੀ ਕਰ ਦਿੱਤੀ, ਕਹਿੰਦੇ ਪਿਤਾ ਜੀ ਸੱਚ ਦੱਸਾਂ, ਮੈਂ ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਰਹਿ ਨਹੀਂ ਸਕਦਾ। ਪੰਜਵੇਂ ਪਾਤਸ਼ਾਹ ਦੇ ਵਿੱਚ ਜੇ ਸਾਹਿਬ ਜੀ ਮੈਨੂੰ ਉੱਥੇ ਦੇਰ ਹੋ ਗਈ, ਇਹ ਸਮਝ ਲਿਓ ਮੇਰੇ ਪ੍ਰਾਣ ਨਿਕਲ ਜਾਣੇ ਆ। ਸਤਨਾਮ ਜਿਉਂਦਾ ਨਹੀਂ ਆ, ਤੁਹਾਡੇ ਦਰਸ਼ਨਾਂ ਤੋਂ ਬਗੈਰ ਸਾਹਿਬ ਜੀ ਮੈਂ ਜੀ ਨਹੀਂ ਸਕਦਾ। ਬਸ ਮੇਰੀ ਇੱਕੋ ਹੀ ਤਲਬ ਹੈ, ਇੱਕ ਹੀ ਕਮਜ਼ੋਰੀ ਹੈ, ਤੁਹਾਨੂੰ ਦੇਖੇ ਬਿਨਾਂ ਦਿਨ ਨਹੀਂ ਚੜ੍ਹਦਾ, ਆਪ ਜੀ ਨੂੰ ਦੇਖੇ ਬਿਨਾਂ ਰਾਤ ਨਹੀਂ ਹੁੰਦੀ, ਬਸ ਇੱਕ ਇਹ ਮੁਸੀਬਤ ਆਉਂਦੀ ਹੈ। ਜਿਵੇਂ ਅਮਲੀ ਨੂੰ ਅਮਲ ਨਾ ਮਿਲੇ, ਅਮਲੀ ਅਮਲ ਨਾ ਅਮਲ ਹੈ, ਮੱਛੀ ਨੀਰ ਨਾ ਹੋਏ, ਮਛਲੀ ਪਾਣੀ ਤੋਂ ਬਿਨਾਂ ਜਿਵੇਂ ਜੀ ਨਹੀਂ ਸਕਦੀ, ਸਾਹਿਬ ਜੀ ਮੈਨੂੰ ਆਪ ਜੀ ਦੇ ਦਰਸ਼ਨਾਂ ਦੀ ਤਲਬ ਹੈ, ਦਰਸ਼ਨਾਂ ਦੀ ਚਾਹਤ ਹੈ, ਬਹੁਤਾ ਦੇਰ ਮੈਨੂੰ ਆਪਣੇ ਤੋਂ ਦੂਰ ਨਾ ਰੱਖਿਓ। ਭਾਵਨਾ ਮੇਰੇ ਤੂੰ ਜੀਆ ਜਾਣਾ ਨਹੀਂ, ਵਰਜਨ ਦੇ ਮਹਾਰਾਜ ਨੇ ਜਦੋਂ ਇਹ ਬਚਨ ਪ੍ਰੇਮ ਸਾਹਿਤ ਆਖੇ, ਕਹਿੰਦੇ ਅੱਖਾਂ ਭਰੀਆਂ ਹੋ ਗਈਆਂ ਸੀ, ਵਿਰਾਗ ਸੀ ਮਨ ਦੇ ਵਿੱਚ। ਉਸੇ ਵਕਤ ਹੱਥ ਜੋੜ ਕੇ ਤਾਇਆ ਜੀ ਨੂੰ ਕਹਿੰਦੇ, ਤਾਇਆ ਜੀ ਫਿਰ ਚਲੀਏ ਆਪਾਂ, ਅੱਜ ਜਾਂ ਕੱਲ ਦੀ ਗੱਲ ਨਹੀਂ ਵੀ ਕੱਲ ਜਾਣਾ ਜਾਂ ਪਰਸੋਂ ਜਾਣਾ, ਸਾਹਿਬ ਦਾ ਹੁਕਮ ਸੀ ਹੁਣੇ ਹੀ ਜਾਣਾ ਜੀ, ਬਚਨ ਮੰਨਣਾ। ਜਿਹੜੇ ਹਾਲਾਂ ਵਿੱਚ ਆ ਗਏ, ਉਹਨਾਂ ਹਾਲਾਂ ਦੇ ਵਿੱਚ ਹੀ ਗੁਰੂ ਪਾਤਸ਼ਾਹ ਜਾਣ ਲਈ ਤਿਆਰ ਹੋ। ਤਾਇਆ ਸਹਾਰੀ ਜੀ ਖੁਸ਼ ਹੋਏ ਵੀ ਚਲੋ, ਜੇ ਗੁਰੂ ਰਾਮਦਾਸ ਮਹਾਰਾਜ ਨਹੀਂ, ਸਤਿਗੁਰਾਂ ਦੇ ਸਰੂਪ ਹਨ ਗੁਰੂ ਅਰਜਨ ਦੇਵ ਮਹਾਰਾਜ, ਸਾਡੇ ਨਾਲ ਚੱਲੇ ਨੇ, ਲਾਹੌਰ ਵਿੱਚ ਵਸਣਗੇ। ਜਨਨੀ ਭਾਨੀ ਭਿੱਗ ਤਪ ਗਏ, ਚਲਣ ਬਿਰਤਾਂਤ ਸਗਲ ਕਹਿ ਦਏ। ਆਗਿਆ ਲੈ ਕੇ ਆਪਣੇ ਵਸਤਰ ਲੈਣ ਵਾਸਤੇ ਗਏ, ਸਭ ਤੋਂ ਪਹਿਲਾਂ ਗੁਰੂ ਅਰਜਨ ਦੇ ਪਾਤਸ਼ਾਹ ਮਾਂ ਭਾਨੀ ਜੀ ਕੋਲ ਆਏ, ਚਰਨਾਂ ਤੇ ਸੀਸ ਰੱਖ ਮੱਥਾ ਟੇਕਿਆ, ਦੋਨੇ ਹੱਥ ਜੋੜ ਕੇ ਮੱਥਾ ਮਾਤਾ ਜੀ ਨੂੰ ਟੇਕ ਦਿੱਤਾ। ਮਾਤਾ ਜੀ ਜਾਣਦੇ ਸੀ, ਮਨ ਬੜਾ ਵਿਰਾਗੀ ਹੋਇਆ ਵੀ ਛੋਟੇ ਪੁੱਤਰ ਚੱਲੇ। ਗੁਰੂ ਅਰਜਨ ਦੇ ਪਾਤਸ਼ਾਹ ਕਹਿੰਦੇ, ਮਾਤਾ ਜੀ ਅਸੀਸ ਦਿਓ, ਮੈਂ ਦੂਰ ਜਾ ਕੇ ਡੋਲਾਂ ਨਾ। ਕਰਿਓ ਸੁਨੇਹੇ ਅੰਕ ਬਿਠਾਰੋ,
ਮਸਤਕ ਸੁਮੰਗਤ ਭਾਗ ਉਦਾਰੇ। ਮਾਤਾ ਭਾਨੀ ਜੀ ਨੇ ਆਪਣੇ ਪੁੱਤ ਨੂੰ ਗੋਦ ਚ ਬਿਠਾਇਆ, ਮੱਥਾ ਚੁੰਮਿਆ, ਬੜਾ ਪ੍ਰੇਮ ਕੀਤਾ ਤੇ ਬਚਨਾਂ ਕੇ ਪੁੱਤਰ ਪਿਤਾ ਗੁਰੂ ਦੇ ਬਚਨਾਂ ਦੇ ਵਿੱਚ ਭਰਪਾ ਕਰੇ ਹੋ। ਮਾਂ ਹੋਵੇ ਤੇ ਅਸੀਂ ਜੋ ਪਿਤਾ ਨੇ ਕਿਹਾ ਉਹ ਸਭ ਵਚਨ ਹੈ। ਪੁੱਤਰ ਬਚਨ ਕਮਾਇਓ, ਵੇਖਿਓ ਕਿਤੇ ਡੋਲ ਨਾ ਜਾਇਓ। ਪੁੱਤਰ ਪਿਤੇ ਆਇਸ ਕਰੋ, ਕਦੇ ਸੁਪਨੇ ਵਿਚ ਵੀ ਉਸ ਹੁਕਮ ਤੇ ਸੰਸਾ ਨਾ ਕਰਿਓ। ਮਾਤਾ ਦੀ ਸਿੱਖਿਆ ਬੜੀ ਪਿਆਰੀ ਸੀ। ਪੁੱਤਰ ਏਦਾਂ ਹੀ ਮਤਲਬ ਕਮਾਉਂਦੇ ਰਹੋ ਕਿ ਪਿਤਾ ਦੀ ਮੌਜ ਹੈ, ਇਹ ਸਤਿਗੁਰਾਂ ਦੀ ਖੁਸ਼ੀ ਹੈ। ਉਹ ਜੋ ਕਰਦੇ ਨੇ ਸਾਡੇ ਜੀਵਾਂ ਦੇ ਭਲੇ ਵਾਸਤੇ ਕਰਦੇ ਨੇ। ਕਹਿੰਦੇ ਜੀ ਮਾਤਾ ਜੀ, ਕਹਿੰਦੇ ਪਿਤਾ ਜੀ ਦਾ ਵਚਨ ਮੈਂ ਮੋੜਿਆ ਨਹੀਂ, ਨਾ ਮੈਂ ਮੋੜਨ ਦੀ ਸਮਰੱਥਾ ਰੱਖਦਾ ਹਾਂ। ਨਾਹੀ ਤਾਂ ਗੁਰ ਤਾਂ ਕਰਦੇ ਜਾਵੇ, ਸੇਵਾ ਕਰਨ ਦਾਸ ਕੋ ਪਾਵੇ। ਜੇ ਤੁਸੀਂ ਬਚਨ ਕਮਾਉਂਦੇ ਰਹੋਗੇ, ਮੰਨਦੇ ਰਹੋਗੇ ਤੇ ਗੁਰਗੱਦੀਆਂ ਪ੍ਰਾਪਤ ਹੋ ਜਾਣਗੀਆਂ, ਨਹੀਂ ਤੇ ਫਿਰ ਕੋਈ ਸੇਵਾਦਾਰ ਸੇਵਾ ਕਰਕੇ ਗੱਦੀ ਲੈ ਲੂ। ਪਰ ਇਹਨਾਂ ਚੀਜ਼ਾਂ ਨਾਲ ਗੁਰੂ ਅਰਜਨ ਪਾਤਸ਼ਾਹ ਨੂੰ ਕੋਈ ਮਤਲਬ ਨਹੀਂ। ਉਹ ਗੁਰਗੱਦੀ ਪਿੱਛੇ ਬਚਨ ਨਹੀਂ ਗਵਾ ਰਹੇ, ਪ੍ਰੇਮ ਵਿੱਚ ਗਵਾ ਰਹੇ। ਉਹ ਤੇ ਸਤਿਗੁਰਾਂ ਦੀ ਪ੍ਰੀਤ ਦੇ ਬੰਦੇ ਹੋਏ ਆ। ਗੁਰੂ ਰਾਮਦਾਸ ਪਾਤਸ਼ਾਹ ਨੂੰ ਕਦੇ ਪਿਤਾ ਨਹੀਂ ਜਾਣਿਆ, ਗੁਰੂ ਪਰਮੇਸ਼ਰ ਜਾਣਿਆ। ਤੇ ਮਾਤਾ ਜੀ ਤੋਂ ਆਗਿਆ ਲੈਣ ਵਾਸਤੇ ਆਏ, ਮਾਤਾ ਜੀ ਸਾਨੂੰ ਆਗਿਆ ਦੇ ਦਿਓ, ਅਸੀਂ ਜਾਣਾ ਚਾਹੁੰਦੇ ਹਾਂ, ਦੱਸ ਕੇ ਚੱਲੀਏ। ਤੇ ਮਾਂ ਨੇ ਅਸੀਸ ਦਿੱਤੀ, ਸਿਰ ਪਲੋਸੇ ਆਏ, ਦੇਖੀਏ ਕੋ ਸੁਭਾਉ ਅਹੰਕਾਰੀ, ਨਾਹੀਂ ਰਹਿਤ ਪਿਤ ਕੇ ਅਨੁਸਾਰੀ। ਇਸ ਵਕਤ ਮਾਤਾ ਭਾਨੀ ਜੀ ਨੇ ਬਚਨ ਆਖੇ, ਕਹਿੰਦੇ ਪੁੱਤਰ ਤੁਹਾਡੇ ਵੱਡੇ ਭਰਾ ਪ੍ਰਿਥੀ ਚੰਦ ਜੀ ਦਾ ਸੁਭਾਅ ਬੜਾ ਅਹੰਕਾਰੀ ਹੈ। ਕਿਉਂਕਿ ਹੰਕਾਰੀ ਬੰਦਾ ਉਹ ਕਿਸੇ ਦਾ ਮਿੱਤਰ ਨਹੀਂ ਹੁੰਦਾ। ਕਿਸੇ ਦਾ ਕਿਉਂ? ਕਿਉਂਕਿ ਉਹ ਆਪਣੇ ਆਪ ਦਾ ਵੀ ਮਿੱਤਰ ਨਹੀਂ ਹੁੰਦਾ। ਸਤਨਾਮ, ਉਹ ਆਪਣੇ ਹੰਕਾਰ ਵਿੱਚ ਆਪਣਾ ਵਿਨਾਸ਼ ਕਰਦਾ। ਰਾਵਣ ਨੇ ਹੰਕਾਰ ਕੀਤਾ, ਨਾਸ਼ ਕਿਹਦਾ ਹੋਇਆ? ਰਾਵਣ ਤੇ ਵਿਲੰਦਨ ਦਾ। ਹੰਕਾਰੀ ਬੰਦਾ ਕੱਲਾ ਹੀ ਰਹਿ ਜਾਂਦਾ ਹੰਕਾਰ ਦੇ ਵਿੱਚ, ਤੇ ਉਸ ਹੰਕਾਰ ਵਿੱਚ ਉਹ ਮਾਰ ਖਾਂਦਾ, ਨੁਕਸਾਨ ਝੱਲਦਾ। ਮਾਤਾ ਜੀ ਨੇ ਆਖਿਆ, ਪੁੱਤਰ ਪ੍ਰਿਥੀ ਚੰਦ ਹੰਕਾਰੀ ਨੇ, ਪਿਤਾ ਗੁਰੂ ਜੀ ਤੁਹਾਡੇ ਵੱਲ ਵੇਖਦੇ ਨੇ, ਤੁਹਾਡੇ ਪ੍ਰੇਮ ਤੋਂ ਬੜੇ ਪ੍ਰਭਾਵਿਤ ਹਨ। ਕਿਉਂਕਿ ਇਹ ਗੁਰੂ ਨਾਨਕ ਸਾਹਿਬ ਦੀ ਦਾਤ ਕੇਵਲ ਉਹਨਾਂ ਨੂੰ ਹੀ ਮਿਲ ਸਕਦੀ ਹੈ ਜਿਨ੍ਹਾਂ ਦੇ ਕਰਮਾਂ ਵਿੱਚ ਨਿਮਰਤਾ ਝੋਲੀ ਚ ਪਈ ਹੈ। ਕਿਉਂਕਿ ਪ੍ਰੀਤੀ ਚੰਦ ਹੰਕਾਰ ਦੇ ਭਰੇ ਹੋਏ ਸਿੱਧੇ ਨੂੰ ਕਿਸੇ ਨਾਲ ਵੀ ਬੋਲਦੇ। ਮਾਇਆ ਧਾਰੀ ਹੰਕਾਰੀ ਨੂੰ ਲੱਗਦਾ ਮੈਨੂੰ ਕਿਸੇ ਦੀ ਲੋੜ ਨਹੀਂ, ਮੈਂ ਕਿਸੇ ਤੋਂ ਕੀ ਲੈਣਾ ਏ। ਮਹਾਦੇਵ ਕੋ ਮਸਤ ਸੁਭਾਉ, ਆਨ ਲਾਭ ਕੋ ਲਖੈ ਨ ਕਾਉ। ਪੁੱਤਰ ਜੀ, ਤੁਹਾਡੇ ਤੋਂ ਵੱਡੇ ਵਿਚਕਾਰ ਵਾਲੇ ਬਾਬਾ ਮਹਾਦੇਵ ਜਿਹੜੇ ਭਰਾ ਨੇ, ਉਹਨਾਂ ਨੂੰ ਹਾਨੀਆਂ ਲਾਭ ਦਾ ਨਹੀਂ ਪਤਾ। ਉਹ ਇੰਨੇ ਕੁ ਬੇਪਰਵਾਹ ਨੇ, ਉਹਨਾਂ ਨੂੰ ਨਾ ਚੰਗੇ ਦਾ ਪਤਾ, ਨਾ ਮਾੜੇ ਦਾ ਪਤਾ, ਨਾ ਨੁਕਸਾਨ ਦਾ ਪਤਾ, ਨਾ ਫਾਇਦੇ ਦਾ ਪਤਾ। ਜੇ ਫਾਇਦੇ ਨੁਕਸਾਨ ਦਾ ਪਤਾ ਹੁੰਦਾ ਤੇ ਪਿਤਾ ਗੁਰੂ ਨੂੰ ਜਵਾਬ ਹੋ ਨਹੀਂ ਦਿੰਦੇ। ਜੇ ਇੰਨੀ ਸਮਝ ਹੁੰਦੀ ਇਸ ਗੱਲ ਦੀ ਵੀ ਮੈਂ ਪਾਤਸ਼ਾਹ ਦਾ ਬਚਨ ਮੋੜਦਾ ਹੈ, ਮੈਂ ਆਨੰਦ ਚਾਹਾਂ, ਮੈਂ ਫਕੀਰ ਚਾਹ, ਜਿਹੜੇ ਬਚਨ ਕਰਨਗੇ ਮਨਾ ਵੀ ਆਪੀ ਲੈਣਗੇ,
ਉਹੀ ਦੱਸ ਰਹੇ ਜਵਾਨਾਂ ਕਹਿੰਦੇ ਪੁੱਤਰ ਉਹ ਲਾਭ ਹਾਨੀਆਂ ਨਹੀਂ ਜਾਣਦੇ, ਫਾਇਦੇ ਨੁਕਸਾਨ ਨਹੀਂ ਜਾਣਦੇ, ਬਸ ਜੋ ਚਿੱਤ ਵਿੱਚ ਆਉਂਦਾ ਉਹ ਬੋਲ ਆਖਣੇ ਨੇ। ਇੱਕ ਤੇਰੇ ਪਰ ਮੋਹੇ ਭਰੋਸਾ, ਮਾਤਾ ਭਾਨੀ ਜੀ ਆਪਣੇ ਪੁੱਤ ਨੂੰ ਪ੍ਰਪੱਕ ਕਰਦੇ ਆ, ਕਹਿੰਦੇ ਪੁੱਤ ਮੈਨੂੰ ਇੱਕ ਤੇਰੇ ਤੇ ਆਸ ਹੈ ਵੀ ਤੁਸੀਂ ਡੋਲੋਗੇ ਕਦੇ, ਪਿਤਾ ਗੁਰੂ ਦੇ ਬਚਨ ਕਮਾਓਗੇ, ਇੱਕ ਦਿਨ ਅਵਸ਼ ਸਤਿਗੁਰੂ ਤੁਹਾਨੂੰ ਗੁਰਗੱਦੀ ਵੀ ਬਖਸ਼ਣਗੇ। ਇਹ ਸਿੱਖਿਆ ਹੈ ਮਾਂ ਕਿ ਅੱਜ ਦੇ ਸਮੇਂ ਕੋਈ ਮਾਂ ਆਪਣੇ ਪੁੱਤ ਨੂੰ ਕੋਲ ਬਿਠਾ ਕੇ ਆਖਦੀ ਪੁੱਤ ਤੇਰੇ ਸਿਰ ਤੇ ਬੰਨੀ ਪੱਗ ਤੇ ਮੇਰੀ ਜਿੱਤ ਜਾਣ ਲੈ, ਵੇਖੀ ਕਿ ਤੈਨੂੰ ਲਾਜ ਨਾ ਲਾ ਦੀ, ਮੁੱਖ ਦਾ ਦਾੜਾ ਨਾ ਕਟਾ ਦੀ, ਤੂੰ ਇਹਦੇ ਬਿਨਾਂ ਚੰਗਾ ਨਹੀਂ ਲੱਗੇਗਾ, ਜੇ ਤੂੰ ਇਹ ਸਭ ਕੁਝ ਕਰਕੇ ਆ ਗਿਆ ਮੈਨੂੰ ਮੇਰਾ ਪੁੱਤ ਨਹੀਂ ਲੱਗੇਗਾ। ਨਹੀਂ ਸ਼ੁਰੂਆਤ ਕਲਯੁਗੀ ਮਾਵਾਂ ਆਖਦੀਆਂ ਪੁੱਤ ਪਾਗਲਾਂ ਸੀ, ਹੁਣ ਵਧੀਆ ਲੱਗਦਾ, ਦਾੜੀ ਕਟਾ ਲਈ ਸਮਾਰਟ ਲੱਗਦਾ, ਠੀਕ ਲੱਗਦਾ, ਹੁਣ ਉਮਰ ਛੋਟੀ ਲੱਗਦੀ ਹੈ, ਕਿਉਂਕਿ ਆਪਣੇ ਹੀ ਉਹਨਾਂ ਦੇ ਹਾਲਾਤ ਇਹਦਾ ਰਹੇ। ਤੇ ਜਿਹੜੀਆਂ ਮਾਵਾਂ ਦੇ ਆਪਣੇ ਉੱਚੇ ਸੁੱਚੇ ਕਿਰਦਾਰ ਤੇ ਜੀਵਨ ਨੇ ਨਾ, ਉਹ ਆਪਣੇ ਪੁੱਤਰਾਂ ਨੂੰ ਧੀਆਂ ਨੂੰ ਕੋਲ ਬਿਠਾ ਕੇ ਇੱਦਾਂ ਸਮਝਾਉਂਦੇ ਨੇ, ਪੁੱਤਰੋ ਲੱਖਾਂ ਦਾ ਨੁਕਸਾਨ ਕਰਕੇ ਆ ਜਾਓ ਕੋਈ ਲਾਭਾ ਨਹੀਂ, ਗੁਰੂ ਦਾ ਹੁਕਮ ਜੇ ਮੋੜਿਆ ਤੇ ਜੇ ਗੁਰੂ ਦੀ ਸਿੱਖੀ ਤੋੜੀ ਤੇ ਸਾਡੇ ਲੱਗਦੇ ਕੁਛ ਨਹੀਂ। ਮਾਤਾ ਜੀ ਨੂੰ ਵਚਨ ਸਮਝਾਏ ਕਹਿੰਦੇ ਪੁੱਤਰਾ ਵੇਖੀ ਕਿਤੇ ਡੋਲਣਾ ਨਹੀਂ, ਪਿਤਾ ਗੁਰੂ ਦੇ ਬਚਨਾਂ ਤੇ ਕਿਸੇ ਪਿੱਛੇ ਲੱਗ ਸ਼ੰਕਾ ਨਾ ਕਰ ਬੈਠੀ, ਗੁਰੂ ਪਿਤਾ ਭਾਗਾਂ ਵਾਲਿਆਂ ਤੇ ਪ੍ਰਸੰਨ ਹੁੰਦੇ ਆ, ਇਹ ਖੁਸ਼ੀ ਪ੍ਰਿਥੀ ਚੰਦ ਨਹੀਂ ਲੈ ਸਕੇ ਜੇ ਤੁਸੀਂ ਪਿਤਾ ਦਾ ਬਚਨ ਮੰਨਿਆ, ਭਾਵੇਂ ਸਿਰ ਧਰਦੀ ਬਾਜੀ ਲੱਗ ਗਈ ਬਤਲ ਤੋੜ ਲਵਾਇਓ, ਭਾਵ ਵੇਖਿਓ ਕਿਤੇ ਲਾਹੌਰ ਤੋਂ ਭੱਜ ਨਾ ਆਇਓ। ਆਖੋ ਸਤਨਾਮ ਵੀ ਅੱਜ ਤੇ ਹੁਕਮ ਮੰਨ ਕੇ ਚੱਲੇ ਹੋ, ਕੱਲ ਜੀ ਨਾ ਲੱਗਿਆ ਤੇ ਮੁੜ ਕੇ ਆ ਜਾਓ, ਆਖੇ ਜੀ ਮੇਰਾ ਤੇ ਉੱਥੇ ਦਮ ਘੁੱਟਦਾ ਸੀ, ਮੇਰਾ ਤੇ ਜੀ ਨਹੀਂ ਲੱਗਿਆ। ਮਾਤਾ ਜੀ ਕਹਿੰਦੇ ਪੁੱਤ ਜਦੋਂ ਤੱਕ ਪਿਤਾ ਦੀ ਨਹੀਂ ਬੁਲਾਉਣਗੇ ਤੁਸੀਂ ਆਇਓ, ਕਹਿੰਦੇ ਜੀ ਮਾਤਾ ਜੀ। ਮਾਤਾ ਜੀ ਕਹਿੰਦੇ ਸਤਿਗੁਰੂ ਪਿਆਰ ਕਰਦੇ ਆ, ਪ੍ਰੇਮ ਕਰਦੇ ਆ, ਦੂਰ ਹੋਇਆ ਤੋਂ ਪੁੱਤਰ ਜੀ ਗੁਰਾਂ ਦਾ ਪ੍ਰੇਮ ਨਹੀਂ ਕਰਦਾ। ਇਹ ਸੁੱਤ ਸ੍ਰੀ ਨਾਨਕ ਜੀ ਆਪ ਦਈ ਦਾਸ ਕੋ ਕੀ ਲਾਦ। ਪੁੱਤਰ ਜੀ ਗੁਰੂ ਸਾਹਿਬਾਂ ਨੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਆਪਣੇ ਸੇਵਕਾਂ ਨੂੰ ਗੱਦੀ ਬਖਸ਼ਿਸ਼ ਕੀਤੀ ਹੈ, ਤੁਸੀਂ ਪਿਤਾ ਗੁਰੂ ਦੇ ਸੇਵਕ ਬਣ ਕੇ ਰਹਿਣਾ। ਜੇ ਸੇਵਕ ਬਣੋਗੇ ਤੇ ਨਿਮਰਤਾ ਲੈ ਲਓਗੇ, ਸਤਿਕਾਰ ਲੈ ਲਓਗੇ, ਵਡਿਆਈ ਪਾਲੋਗੇ, ਕਿਉਂਕਿ ਗੁਰੂ ਦਾ ਹੁਕਮ ਹੀ ਸਾਨੂੰ ਹੋ ਜਾਣਾ। ਜੇ ਗੁਰੂ ਦਾ ਹੁਕਮ ਨਹੀਂ ਮੰਨਿਆ ਤੇ ਫਿਰ ਤੁਹਾਡੇ ਕੋਲ ਕੁਛ ਵੀ ਨਹੀਂ ਹੈ। ਐਡੀ ਪਰਪੱਕਤਾ ਮਾਤਾ ਜੀ ਨੇ ਬਖਸ਼ੀ ਵੀ ਪੁੱਤਰਾ ਦੁਨੀਆਂ ਚ ਭੁੱਖ ਬਰਦਾਸ਼ਤ ਕਰ ਲਈ, ਦੁੱਖ ਬਰਦਾਸ਼ਤ ਕਰ ਲਈ, ਵਿਛੋੜਾ ਬਰਦਾਸ਼ਤ ਕਰ ਲਈ, ਦਰਦ ਬਰਦਾਸ਼ਤ ਕਰ ਲਈ, ਪਰ ਕਿਤੇ ਗੁਰੂ ਦੀ ਨਾਰਾਜ਼ਗੀ ਨਾ ਚੱਲ ਲਈ। ਆਖੋ ਸਤਨਾਮ, ਉੱਥੇ ਕੋਈ ਜਵਾਬ ਨਹੀਂ ਹੋਣਾ। ਸਤਿਗੁਰੂ ਤੇਰੇ ਭਲੇ ਵਾਸਤੇ ਕਹਿ ਰਹੇ ਆ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਹਾਂ ਮਾਤਾ ਜੀ, ਮੈਂ ਪਿਤਾ ਗੁਰੂ ਦਾ ਬਚਨ ਮੰਨ ਲਿਆ, ਮੈਨੂੰ ਜਿਵੇਂ ਉਹਨਾਂ ਨੇ ਬਚਨ ਕਿਹਾ ਮੈਨੂੰ ਖੁਸ਼ੀ ਨਾ ਮਿਲਿਆ, ਮੈਨੂੰ ਵੀ ਚੰਗਾ ਲੱਗਿਆ। ਅੰਗਦ ਯਾਰ ਪਿੱਤਰ ਮੇਰੇ ਦੇਤ ਭਏ ਪਿਖ ਸੇਵਕ ਹਨੇਰੇ। ਗੁਰੂ ਨਾਨਕ ਸਾਹਿਬ ਜੀ ਦੀ ਖੁਸ਼ੀ ਪੁੱਤਰਾਂ ਤੇ ਨਹੀਂ ਹੋਈ, ਭਾਈਆਂ ਨਾਲ ਜੀ ਦੀ। ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਪ੍ਰਸੰਨਤਾ ਆਪਣੇ ਪੁੱਤਰਾਂ ਤੇ ਨਹੀਂ ਕੀਤੀ, ਕਿਉਂਕਿ ਪੁੱਤਰਾਂ ਦੇ ਬਚਨ ਨਹੀਂ ਮੰਨਿਆ। ਉਹ ਖੁਸ਼ੀਆਂ ਸਾਡੇ ਪਿਤਾ ਗੁਰੂ ਅਮਰਦਾਸ ਪਾਤਸ਼ਾਹ ਨੂੰ ਪ੍ਰਾਪਤ ਹੋਈਆਂ, ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਮੇਰੇ ਭਰਾਵਾਂ ਨੂੰ ਗੱਦੀ ਨਹੀਂ ਬਖਸ਼ੀ। ਕਿਉਂ? ਕਿਉਂਕਿ ਉਹ ਕਦੇ ਸੇਵਕ ਨਹੀਂ ਬਣੇ। ਆਖੋ ਸਤਨਾਮ, ਕਦੇ ਹੁਕਮ ਨਹੀਂ ਕਮਾ ਸਕੇ ਪੁੱਤਰਾ। ਇਹ ਤੇ ਦਾਤਾਂ ਗੁਰੂ ਦੀਆਂ ਸੇਵਕਾਂ ਨੂੰ ਮਿਲਦੀਆਂ ਨੇ।
ਤੁਸੀਂ ਦਾਸਾ ਭਾਵ ਵਿੱਚ ਰਹਿਣਾ, ਸੇਵਕ ਬਣ ਕੇ ਰਹਿਣਾ। ਉੱਥੇ ਵੀ ਧਰਮਸ਼ਾਲਾ ਵਿੱਚ ਕੋਈ ਊਚ ਨੀਚ ਗੱਲ ਹੋਵੇ, ਕੋਈ ਸਿੱਖ ਤੁਹਾਨੂੰ ਵੱਧ ਘੱਟ ਬੋਲਦੇ, ਕੋਈ ਰਿਸ਼ਤੇਦਾਰ ਤੁਹਾਨੂੰ ਉੱਚੀ ਨੀਵੀਂ ਗੱਲ ਆਖੇ, ਜਰਨੀ ਹੈ ਮਨ ਚ ਕ੍ਰੋਧ ਨਹੀਂ ਰੱਖਣਾ, ਸ਼ਿਕਾਇਤ ਦਾ ਭਾਵ ਨਹੀਂ ਰੱਖਣਾ ਵੀ ਇਹ ਸਾਰੀਆਂ ਗੱਲਾਂ ਮੈਂ ਜਾ ਕੇ ਪਿਤਾ ਗੁਰੂ ਨੂੰ ਦੱਸਣੀਆਂ ਨੇ। ਇੱਕ ਚੰਗੀ ਮਾਂ ਆਪਣੇ ਧੀ ਪੁੱਤ ਨੂੰ ਇਹੀ ਗੱਲਾਂ ਸਮਝਾਉਂਦੀ, ਪੁੱਤ ਤੈਨੂੰ ਕਿਸੇ ਨੇ ਮਾੜਾ ਆਖਿਆ ਉਹਦੇ ਪ੍ਰਤੀ ਮਨ ਵਿੱਚ ਖੋਰ ਨਾ ਰੱਖੀ, ਮਨ ਵਿੱਚ ਵੈਰ ਨਾ ਰੱਖੀ, ਕਿਉਂਕਿ ਜੇ ਵੈਰ ਦੀ ਭਾਵਨਾ ਰੱਖੇਗਾ ਤੇਰਾ ਮਨ ਹੋਰ ਦੁਖੀ ਹੁੰਦਾ ਜਾਣਾ, ਤੂੰ ਵੀ ਦੁਖੀ, ਅੱਗੇ ਵਾਲਾ ਤੈਥੋਂ ਵੱਧ ਕੇ ਦੁਖੀ। ਉਹ ਲੜਾਈਆਂ ਘਟਣੀਆਂ ਨਹੀਂ ਸਗੋਂ ਵਧਣਗੀਆਂ, ਮਨ ਚ ਖੋਰ ਨਹੀਂ ਰੱਖਣਾ, ਧੱਪ ਨਹੀਂ ਰੱਖਣਾ। ਸਾਰੀਆਂ ਗੱਲਾਂ ਮਾਤਾ ਜੀ ਨੇ ਬੜੀ ਤਸੱਲੀ ਨਾਲ ਆਪਣੇ ਪੁੱਤਰ ਨੂੰ ਆਖੀਆਂ, ਪੁੱਤਰ ਜੀ ਮਨ ਸਵੱਛ ਰੱਖਿਓ, ਮਨ ਵਿੱਚ ਨਿਮਰਤਾ ਰੱਖਿਓ, ਬਾਣੀ ਪੜ੍ਹਦੇ ਰਹਿਓ, ਸੰਗਤ ਸੰਗਤ ਕਰਦੇ ਰਹਿਓ, ਇਹਦੀ ਮਾਣ ਨਾ ਕਰਿਓ, ਮੈਂ ਗੁਰੂ ਦਾ ਹੁਕਮ ਮੰਨ ਕੇ ਆਇਆ। ਮਨ ਨਹੀਂ ਕਰਨਾ, ਕਹਿੰਦੀ ਇਸ ਮਾਣ ਪਿੱਛੇ ਹੰਕਾਰ ਵੀ ਹੋ ਜਾਂਦਾ ਏ। ਇਨਕੇ ਸੰਗ ਤੁਮ ਕਾਲੋ ਕਾਲ ਮੈਨੂੰ ਲਾਹੌਰ ਜਾਣ ਨੂੰ ਆਖਿਆ, ਕਿਉਂਕਿ ਮਾਤਾ ਜੀ ਜਾਣਦੇ ਨੇ ਪੁੱਤਰ ਦੀ ਉਮਰ ਬਹੁਤ ਛੋਟੀ ਹੈ, ਇਸ ਲਈ ਸਮਝਾਉਂਦੇ ਆ ਬੱਚੇ ਗੁਰੂ ਸਾਹਿਬ ਦਾ ਹੁਕਮ ਹੈ, ਉਹ ਕਿਤੇ ਵੀ ਕਿਵੇਂ ਵੀ ਕਿਹੜੇ ਹਾਲਾਤਾਂ ਚ ਮਿਲਦੇ ਆਪਣੇ ਮਨ ਦੀ ਸਿਆਣਪ ਨਾ ਕਰਿਓ, ਮਨ ਡੁਲਾਇਓ ਨਾ, ਨਹੀਂ ਗੁਰਨ ਕੈ ਮੋਹ ਕਰਾਈ, ਨਹੀਂ ਗੁਰਨ ਕੈ ਮੋਹ ਕਦਾਈ, ਜੀ ਜੈ ਸੇਵਕ ਦੇ ਵਡਿਆਈ। ਗੁਰੂ ਪਿਤਾ ਚੰਨ ਨੂੰ ਪਿਆਰ ਨਹੀਂ ਕਰਦੇ, ਸਤਿਗੁਰੂ ਸਰੀਰਾਂ ਨੂੰ ਪ੍ਰੇਮ ਨਹੀਂ ਕਰਦੇ, ਸਤਿਗੁਰੂ ਸ਼ਬਦ ਨੂੰ ਪਿਆਰ ਕਰਦੇ ਆ, ਪ੍ਰੇਮ ਨੂੰ ਪਿਆਰ ਕਰਦੇ ਆ। ਪੁੱਤਰ ਜੀ ਦਰਿਆਵੀ ਮਾਣ ਤੋਂ ਬਚ ਕੇ ਰਹੋ, ਬੁਰਿਆਂ ਦੀ ਸੰਗਤ ਤੋਂ ਦੂਰ ਰਹੋ। ਪਿਤਾ ਗੁਰੂ ਕਿਸੇ ਨਾਲ ਮੋਹ ਨਹੀਂ ਕਰਦੇ ਕਿ ਮੇਰੇ ਪੁੱਤਰ ਨੇ, ਮੇਰੀਆਂ ਧੀਆਂ ਨੇ, ਮੇਰਾ ਪਰਿਵਾਰ ਹੈ। ਸਤਿਗੁਰਾਂ ਦਾ ਪ੍ਰੇਮ ਕੇਵਲ ਆਪਣੇ ਪਿਆਰੇ ਸਿੱਖਾਂ ਨਾਲ ਹੈ, ਪੁੱਤਰ ਬਣ ਕੇ ਨਾ ਜਾਇਓ। ਜੇ ਲਾਹੌਰ ਚੱਲੇ ਹੋ ਤੇ ਸਿੱਖ ਬਣ ਕੇ ਜਾਇਓ, ਆਖੋ ਸਤਿਗੁਰਾਂ ਸਿੱਖ ਬਣ ਕੇ ਜਾਓਗੇ ਤੇ ਗੁੱਸਾ ਨਹੀਂ ਕਰੋ, ਜੇ ਪੁੱਤਰ ਤੇ ਪਿਤਾ ਦਾ ਰਿਸ਼ਤਾ ਲੈ ਕੇ ਚੱਲੋਗੇ ਪੈਰ ਪੈਰ ਤੇ ਝਗੜੇ ਹੋਣਗੇ। ਅੱਜ ਵੀ ਤੁਸੀਂ ਦੇਖਦੇ ਪਲ ਯੁਗ ਦਾ ਸਮਾਂ, ਬੱਚੇ ਆਮ ਕਹਿੰਦੇ ਯਾਰ ਮੇਰੇ ਪਿਓ ਨੂੰ ਅੰਦਰ ਆਹ ਫੈਸਲਾ ਮੇਰੀ ਮਾਤਾ ਨੇ ਲਿਆ, ਨੁਕਸਾਨ ਹੋ ਗਿਆ ਸਾਡਾ, ਅਸੀਂ ਇੱਥੇ ਘਰ ਨਹੀਂ ਸੀ ਲੈਣਾ, ਬਾਪੂ ਨੇ ਡਬਲ ਸਟੋਰੀ ਪਵਾਤਾ, ਇਹੋ ਜਿਹੀਆਂ ਗਲਤੀਆਂ ਨੇ। ਅੱਜ ਦੇ ਬੱਚੇ ਮਾਪਿਆਂ ਚ ਗਲਤੀਆਂ ਕੱਢਦੇ ਨੇ, ਕਿਉਂ ਕੱਢਦੇ ਆ? ਕਿਤੇ ਨਾ ਕਿਤੇ ਮਾਂ ਬਾਪ ਦੀਆਂ ਵੀ ਗਲਤੀਆਂ ਹੈਗੀਆਂ, ਕਿਤੇ ਨਾ ਕਿਤੇ ਧੀ ਪੁੱਤ ਵੀ ਓਵਰ ਸਮਾਰਟ ਬਣੇ ਫਿਰਦੇ ਆ। ਪਰ ਇਹੀ ਗੱਲਾਂ ਸਮਝਾਈਆਂ ਬੱਚੇ ਵੇਖੀ ਕਿਤੇ ਮੋਹ ਨਾ ਰੱਖਦੀ ਮਾਂ ਚ, ਵੀ ਕਿਤੇ ਪਿਤਾ ਜੀ ਮੇਰੀ ਸੇਵਾ ਤੋਂ ਖੁਸ਼ ਨੇ, ਮੈਨੂੰ ਪੁੱਤਰ ਜਾਣਦੇ ਨਹੀਂ। ਉਹ ਪੁੱਤਰਾਂ ਨੂੰ ਪਿਆਰ ਨਹੀਂ ਕਰਦੇ, ਉਹ ਸੇਵਕਾਂ ਨੂੰ ਪਿਆਰ ਕਰਦੇ ਆ। ਸੇਵਕਾਂ ਵਾਲਾ ਦਾਸਾ ਭਾਵ ਰੱਖਣਾ, ਸੰਗਤ ਦੇ ਸਾਹਮਣੇ ਗੁਰੂ ਪੁੱਤਰ ਬਣ ਕੇ ਨਹੀਂ ਰਹਿਣਾ ਉੱਥੇ ਧਰਮਸ਼ਾਲਾ ਚ, ਸਾਨੂੰ ਕੀ ਲੋੜ ਹੈ? ਮਾਤਾ ਜੀ ਕਹਿੰਦੇ ਤੁਸੀਂ ਸੇਵਾ ਕਰਨ ਚੱਲੇ ਹੋ, ਸੇਵਾਦਾਰ ਬਣ ਕੇ ਰਹੋ, ਲੱਖ ਸੰਗਤ ਤੁਹਾਡਾ ਸਤਿਕਾਰ ਕਰੇ, ਆਪਣੇ ਆਪ ਨੂੰ ਸੇਖ ਜਾਣੇ ਹੋ। ਸਚਿਨ ਧਰਮ ਹੀ ਚਿਤ ਨਿਤ ਮੇਰੋ ਤੋ ਪਰੇਕ ਭਰੋਸਾ ਹੀਰੋ। ਮਾਤਾ ਜੀ ਨੂੰ ਮੱਥਾ ਟੇਕ, ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਵਿਹੜੇ ਤੋਂ ਬਾਹਰ ਜਦੋਂ ਮੁੱਖ ਦਰਵਾਜ਼ੇ ਤੇ ਆਏ, ਮਾਂ ਪੁੱਤ ਨੂੰ ਆਖਣ ਲੱਗੀ, ਪੁੱਤ ਬਸ ਆਹੀ ਚਿੰਤਾ ਲੱਗੀ ਰਹਿੰਦੀ ਕਿਤੇ ਪਿਤਾ ਗੁਰੂ ਦਾ ਬਚਨ ਮੰਨਦੇ ਡੋਲ ਨਾ ਜਾਇਓ। ਸਤਿਗੁਰਾਂ ਨੂੰ ਕਿਸੇ ਦੀ ਪਰਵਾਹ ਨਹੀਂ,
ਉਹ ਕਦੇ ਧੀਆਂ ਪੁੱਤਾਂ ਪਰਿਵਾਰ ਬਾਰੇ ਨਹੀਂ ਸੋਚਦੇ, ਉਹ ਆਪਣੇ ਪਿਆਰੀਆਂ ਸੰਗਤਾਂ ਬਾਰੇ ਸੋਚਦੇ ਆ। ਵੇਖਿਓ ਅੱਗੇ ਦੋ ਦੇ ਹੁਕਮ ਨਹੀਂ ਵਧੇ ਆ, ਮੈਨੂੰ ਦੁੱਖ ਹੈ ਕਿਉਂਕਿ ਮਾਂ ਦੇ ਪੁੱਤ ਤਿੰਨ ਵੀ ਬਰਾਬਰ ਨੇ। ਮਾਤਾ ਕਹਿੰਦੀ ਪ੍ਰਿਥੀ ਚੰਦ ਹੰਕਾਰੀ ਹੋ ਗਿਆ, ਮਹਾਦੇਵ ਫਕੀਰ ਬਣ ਬੈਠੇ, ਪ੍ਰਭਾਵ ਛੱਡ ਗਏ, ਇੱਕ ਤੁਸੀਂ ਉਹ ਪੁੱਤਰ ਜੀ ਤੁਹਾਡੇ ਵੱਲ ਹੀ ਮੈਨੂੰ ਆਸ ਹੈ। ਵੇਖਿਓ ਕਿਤੇ ਡੋਲੇ ਹੋਣਾ ਰਹੀ ਸੋ ਪ੍ਰਿਥੀਏ ਕੋ ਸਮਝਾਏ, ਉਹਦੇ ਕੋਲ ਮਾਇਆ ਆ ਗਈ। ਮਾਇਆ ਕਹਿੰਦੀ ਤੂੰ ਸਿਆਣਾ ਬੜਾ, ਤੂੰ ਸਮਝਦਾਰ ਬੜਾ। ਵੇਖੋ ਇਹ ਗੱਲ ਸੱਚੀ ਆ ਜੀ, ਜੇ ਇੱਕ ਬੰਦਾ ਅਨਪੜ੍ਹ ਹੋਵੇ ਨਾ, ਅੰਗੂਠਾ ਛਾਪ, ਉਹਦੇ ਕੋਲ ਆ ਗਈ ਮਾਇਆ, ਪੜ੍ਹੇ ਲਿਖੇ ਲੋਕ ਉਹਨੂੰ ਸਲਾਹ ਲੈਂਦੇ ਫਿਰਦੇ। ਤੁਸੀਂ ਆਮ ਵੇਖੋ ਵੱਡੇ ਵੱਡੇ ਆਫਿਸਰ ਲੋਕ, ਉਹ ਚਾਹੇ ਏ ਕਲਾਸ ਹੋਣ, ਬੀ ਕਲਾਸ ਹੋਣ, ਕਿਸੇ ਵੀ ਰੁਤਬੇ ਤੇ ਹੋਣ, ਉਹ ਸਲਾਹ ਕਿਹਦੇ ਲੈਂਦੇ ਹੁੰਦੇ ਆ? ਇੱਕ ਪੰਜਵੀਂ ਵੇਲ ਜਿਹੜਾ ਸਕੂਲ ਚ ਕਦੇ ਗਿਆ ਨੀ, ਠੱਗੀਆਂ ਠੋਰੀਆਂ ਕਰਕੇ ਇੱਕ ਨੇਤਾ ਬਣ ਗਿਆ, ਜਿਹਨੂੰ ਦਸਵੀਂ ਕਦੇ ਪਾਸ ਕਰਨ ਬਾਰੇ ਤੁਰਨਾ ਵੀ ਨਹੀਂ ਆਇਆ ਮਨ ਚ, ਤੇ ਬੜੇ ਲਿਖੇ ਪੀ ਐਚ ਡੀ ਹੋਲਡਰ ਹੋ ਗਏ, ਤੂੰ ਸਲਾਹ ਲੈਂਦੇ ਹੁੰਦੇ, ਦੱਸੋ ਜੀ ਫਿਰ ਦੇਸ਼ ਦਾ ਕੀ ਕਰਨਾ? ਸੱਚੀ ਗੱਲ ਹੈ ਜੀ, ਜਿਹੜੇ ਦੇਸ਼ ਦੇ ਸਲਾਹਕਾਰ ਅਨਪੜ੍ਹ ਹੋਣ, ਜਿੱਥੋਂ ਦੇ ਮੰਤਰੀ ਮਹਾਂਮੂਰਖ ਹੋਣ, ਉਹ ਦੇਸ਼ ਤਰੱਕੀਆਂ ਕਰਦੇ। ਪੜ੍ਹੇ ਲਿਖੇ ਆਫਿਸਰ, ਬਿਊਰੋਕਰੇਸੀ ਕਿਹਨਾਂ ਤੋਂ ਸਲਾਹ ਮੰਗਦੀ ਹੈ? ਜਿਹਨਾਂ ਨੂੰ ਦੋ ਸੂਈਆਂ ਵਾਲੀ ਘੜੀ ਤੋਂ ਟਾਈਮ ਨਹੀਂ ਵੇਖਣਾ ਹੁੰਦਾ ਨਾ, ਉਸ ਨੇਤਾ ਕੋਲ ਸਾਹਮਣੇ ਬੈਠੇ ਹੁੰਦੇ ਆ, ਜੀ ਸਰ ਕਰਦੇ, ਤੁਸੀਂ ਦੱਸੋ ਜੀ ਕੀ ਬਿਆਨ ਦੇਣਾ, ਕੀ ਕਰਨਾ? ਇਹ ਬਾਤ ਹੈ, ਇਹ ਸਮਝ ਹੈ ਦੁਨੀਆ। ਪਰ ਉਸ ਵਕਤ ਮਾਤਾ ਜੀ ਨੇ ਸਮਝਾਇਆ, ਕਹਿੰਦੇ ਇਹ ਹੰਕਾਰ ਦੀ ਦਸ਼ਾ ਹੈ, ਪ੍ਰਿਥੀ ਚੰਦ ਨੂੰ ਲੱਗਦਾ ਵੀ ਮੇਰੇ ਵਰਗਾ ਹੀ ਕੋਈ ਨਹੀਂ, ਗੁਰੂ ਘਰ 'ਚ ਮੈਂ ਹੋ ਰਹੀ ਹਾਂ, ਮੈਂ ਸ਼੍ਰੋਮਣੀ ਹਾਂ, ਕਿਉਂਕਿ ਮਾਇਆ ਦਾ ਹੰਕਾਰ ਬੰਦੇ ਨੂੰ ਚਲਾਕ ਬਣਾਉਂਦਾ ਹੈ। ਚਲਾਕ ਇੰਨਾ ਕਿ ਉਹ ਕਿਸੇ 'ਤੇ ਭਰੋਸਾ ਕਰਨਾ ਜਾਣਦਾ ਹੀ। ਉਹ ਬੰਦਾ ਚਲਾਕੀ ਵਰਤੇ ਸਭ ਦੇ ਭਲੇ ਲਈ, ਤੂੰ ਚਲਾਕੀ ਥੋੜ੍ਹਾ ਹੁੰਦੀ ਉਹ ਬੋਲੀ ਨਹੀਂ, ਤੇ ਆਪਣੇ ਹੀ ਭਲੇ ਲਈ ਚਲਾਕੀਆਂ ਕਰੀ ਜਾਏ ਵੀ ਮੇਰਾ ਕਿਹੜਾ ਪਤਾ ਲੱਗਦਾ ਮੈਂ ਬੁਰਾ ਕਰਕੇ ਵੀ ਚੰਗਾ ਬਣ ਗਿਆ, ਉਹ ਬਾਤ ਹੈ। ਚਲਾਕੀਆਂ ਬੁਰੀਆਂ ਨਹੀਂ, ਚਤਰਾਈਆਂ ਬੁਰੀਆਂ ਨਹੀਂ, ਚਤਰਾਈਆਂ ਉਹ ਬੁਰੀਆਂ ਨੇ, ਚਲਾਕੀਆਂ ਉਹ ਬੁਰੀਆਂ ਨੇ ਜਿੰਨਾ ਪਿੱਛੇ ਹੋਵੇ ਖੜੀ ਕਿ ਮੇਰਾ ਹੀ ਫਾਇਦਾ ਹੋਵੇ, ਕਿਸੇ ਦਾ ਕੁਛ ਹੋਵੇ ਨਾ ਹੋਵੇ, ਮੈਨੂੰ ਕੀ? ਉਹ ਬਾਤ ਹੈ, ਉਹ ਚਤਰਾਈਆਂ ਪਾਪ ਨੇ, ਉਹ ਚਲਾਕੀਆਂ ਪਾਪ ਨੇ, ਉਹ ਸਿਆਣਪਾਂ ਪਾਪ ਨੇ, ਕਿਸੇ ਦੀ ਚਲਾਕੀ ਕਰਕੇ ਜਾਨ ਬਚਾਤੀ, ਸਿਆਣਪ ਕਰਕੇ ਕਿਸੇ ਨੇ ਕਿਸੇ ਦੀ ਜ਼ਿੰਦਗੀ ਬਚਾ ਲਈ, ਕਿਸੇ ਦੀ ਨੌਕਰੀ ਬਚਾ ਲਈ, ਉਹ ਚਲਾਕੀ ਥੋੜ੍ਹੀ ਹੈ, ਉਹਦੇ ਬੁੱਧ ਹੈ, ਉਹ ਹੈ ਤੇ ਚਲਾਕੀ ਹੋਈ ਹੈ, ਉਹਦੇ ਵਰਤਣ ਦਾ ਭਾਵ ਕੀ ਹੈ, ਉਹ ਮਾਇਨੇ ਰੱਖਦਾ। ਕਹਿੰਦੇ ਪੁੱਤਰ ਜੀ ਪ੍ਰਿਥੀ ਚੰਦ ਚਲਾਕ ਬੜੇ ਹੋ ਗਏ, ਮੈਂ ਬੜਾ ਸਮਝਾ ਕੇ ਜ਼ੋਰ ਲਾ ਲਿਆ, ਉਹ ਮੇਰੀ ਤੇ ਗੱਲ ਹੀ ਨਹੀਂ ਮੰਨਦੇ। ਕਹਿੰਦੇ ਮਾਤਾ ਤੈਨੂੰ ਪਤਾ ਹੀ ਕੁਛ ਨਹੀਂ। ਕਹਿੰਦੇ ਪੁੱਤਰ ਫਿਰ ਮੈਂ ਮਹਾਦੇਵ ਨੂੰ ਬੜਾ ਆਖਿਆ, ਉਹ ਕਹਿੰਦੇ ਮਾਂ ਜਿਹੜੀਆਂ ਗੱਲਾਂ ਤੂੰ ਮੈਨੂੰ ਦੱਸੀ ਜਾਂਦੀ ਹੈ, ਮੇਰਾ ਇਹਨਾਂ ਨਾਲ ਤਾਲੁਕਾ ਲੜ ਦੇਣੇ ਕੋਈ, ਮੇਰਾ ਕੋਈ ਹੈ ਨਾ, ਮੈਂ ਵਿਆਹ ਕਰਾਉਣਾ, ਨਾ ਪਰਿਵਾਰ ਨਾਲ ਬੈਠਣਾ, ਨਾ ਮੇਰੀ ਦੁਨੀਆਂ ਚੰਗੀ ਲੱਗੇ, ਨਾ ਮੈਂ ਕਿਸੇ ਦੀ ਗੱਲ ਮੰਨਾਂ, ਨਾ ਕੋਈ ਮੈਨੂੰ ਆਖੇ। ਕਹਿੰਦੇ ਪੁੱਤਰ ਮੈਂ ਤੇ ਦੋਨਾਂ ਤੋਂ ਹੀ ਦੁਖੀ ਹਾਂ, ਵੀ ਦੋਨੇ ਪਿਤਾ ਗੁਰੂ ਦਾ ਵਚਨ ਮੰਨਦੇ ਨਹੀਂ। ਜਿਸ ਮਾਂ ਨੇ ਬੱਚੇ ਨੂੰ 9 ਮਹੀਨੇ ਢਿੱਡ ਚ ਰੱਖਿਆ ਹੁੰਦਾ, ਸਭ ਜਾਣਦੀ ਹੁੰਦੀ ਕਦੋਂ ਕੀ ਕਰਦਾ।
ਕਈ ਵਾਰ ਨਿਆਣਿਆਂ ਨੂੰ ਲੱਗਦਾ ਵੀ ਅਸੀਂ ਪੜ੍ਹ ਲਿਖ ਕੇ ਮਾਂ ਬਾਪ ਜਨ ਇਹਨਾਂ ਨੂੰ ਕੀ ਪਤਾ, ਇਹਨਾਂ ਨੂੰ ਕੀ ਪਤਾ ਅੱਜ ਦੀ ਦੁਨੀਆਂ ਕਿੱਥੇ ਚੱਲਦੀ ਹੈ, ਕਿਹੜਾ ਜ਼ਮਾਨਾ ਚੱਲਦਾ ਹੈ। ਇਹ ਵੀ ਆਪਣੀਆਂ ਪੁਰਾਣੇ ਸਮੇਂ ਦੀਆਂ ਗੱਲਾਂ ਕਰਦੇ ਨਹੀਂ। ਮਾਂ ਬਾਪ ਦਾ ਪੜ੍ਹਨਾ ਨਾ ਪੜ੍ਹਨਾ ਜ਼ਰੂਰੀ ਨਹੀਂ। ਮਾਂ ਉਦੋਂ ਵੀ ਸਿਆਣੀ ਸੀ ਜਦ ਤੂੰ ਬਿਸਤਰੇ ਗੱਲੇ ਕਰਦਾ ਸੀ, ਉਦੋਂ ਤੇਰੀ ਕਿਰਿਆ ਨਹੀਂ ਕਿੱਥੇ ਸੀ, ਕਿੱਥੇ ਸੀ ਤੇਰੀਆਂ ਉਦੋਂ ਵਿਦਿਆ ਤੇ ਗਿਆਨ ਦੀਆਂ ਗੱਲਾਂ। ਜਦ ਤੂੰ ਕੁਝ ਖਾ ਨਹੀਂ ਸਕਦਾ ਸੀ, ਉਹਨੂੰ ਪਤਾ ਸੀ ਤੈਨੂੰ ਭੁੱਖ ਕਿਉਂ ਨਹੀਂ ਅੱਜ ਬੱਚਿਆ। ਜਦ ਤੂੰ ਬਿਮਾਰ ਹੁੰਦਾ ਸੀ ਨਾ, ਉਹਨੂੰ ਪਹਿਲਾਂ ਹੀ ਪਤਾ ਹੁੰਦਾ ਸੀ ਕਿ ਅੱਜ ਮੇਰਾ ਪੁੱਤ ਠੀਕ ਨਹੀਂ, ਇਹਨੂੰ ਬੁਖਾਰ ਹੋਣਾ ਹੈ। ਤੇ ਅੱਜ ਤੂੰ ਉਹਨੂੰ ਕਮਲੀ ਦੱਸਦਾ, ਅੱਜ ਉਸ ਮਾਂ ਨੂੰ ਤੂੰ ਅਨਾੜੀ ਦੱਸਦਾ, ਉਹਨੂੰ ਸਮਝ ਕੋਈ ਨੀ। ਜਦ ਤੂੰ ਨਹੀਂ ਸੀ ਬੋਲਦਾ, ਤੇਰੀਆਂ ਆਂਦਰਾਂ ਨੂੰ ਪੜ੍ਹਦੀ ਸੀ, ਉਹ ਮਾਂ ਤੇ ਤੇਰਾ ਰੱਬ ਦਾ ਰੂਪ ਹੈ। ਪਰ ਜਦ ਬੰਦੇ ਕੋਲ ਮਾਇਆ ਆਉਣ ਲੱਗ ਜੇ, ਬੰਦਾ ਉਹ ਮਾਂ ਨੂੰ ਵੀ ਮਾਂ ਨਹੀਂ ਸਮਝਦਾ। ਮਾਤਾ ਭਾਨੀ ਦੀ ਅੱਥਰੂ ਬਹਾ ਕੇ ਆਖਣ ਲੱਗੇ, ਕਹਿੰਦੇ ਪੁੱਤ, ਗੁਰੂ ਸਾਹਿਬ ਸਿਰਫ ਸਿੱਖਾਂ ਨਾਲ ਸੇਵਕਾਂ ਨਾਲ ਪ੍ਰੇਮ ਕਰਦੇ, ਪੁੱਤਰਾਂ ਨਾਲ ਉਹ ਨਹੀਂ ਕਰਦੇ, ਕਿਉਂਕਿ ਉਹ ਜਾਣਦੇ ਨੇ ਕਿ ਪੁੱਤਰ ਕਿਹੜੇ ਰਾਹਾਂ ਦੇ ਤੁਰ ਪਏ। ਪ੍ਰਿਥੀ ਚੰਦ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਮੈਂ ਤੁਮਿਆ ਸਿੱਖ ਕਰ ਉਚਾਰੇ, ਰਹੋ ਸਦਾ ਪਿੱਟ ਕੇ ਅਨੁਸਾਰੇ। ਜਾਂਦਿਆਂ ਜਾਂਦਿਆਂ ਆਸ਼ੀਰਵਾਦ ਦਿੰਦੇ ਆ ਮਾਤਾ ਜੀ, ਕਹਿੰਦੇ ਪੁੱਤ ਬਸ ਇੱਕੋ ਹੀ ਬਚਨ ਮਾਂ ਦਾ ਪੱਲੇ ਬੰਨ ਕੇ ਰੱਖੀ, ਗੁਰੂ ਪਿਤਾ ਦੀ ਆਗਿਆ ਦੇ ਅਨੁਸਾਰ ਚੱਲੀ। ਆਖੋ ਸਤਨਾਮ, ਮਾਂ ਦੀ ਸਿੱਖਿਆ ਸਭ ਤੋਂ ਵੱਡੀ ਸਿੱਖਿਆ। ਪਿਤਾ ਦਾ ਹੌਸਲਾ ਹੁੰਦਾ, ਸਿੱਖਿਆ ਮਾਂ ਦੀ ਹੁੰਦੀ। ਪਿਤਾ ਤੇ ਧੀਰ ਦਿੰਦਾ, ਕੋਈ ਨੀ ਘਬਰਾਉਣਾ, ਨੁਕਸਾਨ ਹੋ ਗਿਆ ਹੋਰ ਸਹੀ, ਘਾਟਾ ਪੈ ਗਿਆ ਫਿਰ ਕੀ ਹੋ ਗਿਆ। ਮਾਂ ਕਹਿੰਦੀ ਪੁੱਤ ਸੰਭਲ ਸੰਭਲ ਕੇ ਚੱਲਿਆ ਕਰ, ਲੋਕਾਂ ਨਾਲ ਲੜਿਆ ਨਾ ਕਰ। ਜਮਾਨਾ ਨੀ ਕਿਸੇ ਨੂੰ ਗਾਲ ਕੱਢਣ ਦਾ, ਜਮਾਨਾ ਨੀ ਪੁੱਤ ਕਿਸੇ ਨੂੰ ਬੁਰਾ ਕਹਿਣ ਦਾ। ਚਾਰ ਬੋਲ ਮਾੜੇ ਸੁਣ ਕੇ ਘਰ ਨੂੰ ਆ ਗਈ, ਪਰ ਮਾੜਾ ਬੋਲ ਗਈ ਨਾ। ਕਲਯੁਗ ਦੀ ਦਸ਼ਾ ਸੀ ਜਿਹੜੀਆਂ, ਤੇ ਮਾਵਾਂ ਆਪਣੇ ਬੱਚਿਆਂ ਨੂੰ ਏਦਾਂ ਸਮਝਾਉਂਦੀਆਂ ਨੇ, ਪੁੱਤ ਕੋਈ ਨੀ, ਪੁੱਤਰ ਕੀ ਆਉਂਦੇ ਨੇ। ਜਿਹੜੀ ਮਾਂ ਕਹਿੰਦੀ ਸੀ ਪੁੱਤ ਕੋਈ ਇੱਕ ਥੱਪੜ ਮਾਰੇ ਢਾ ਨੀ ਚੌਂਕ ਦੇ ਵਿੱਚ, ਲੱਤਾਂ ਬਾਹਾਂ ਚਲਾਈ ਫਿਰਦੇ, ਕੋਈ ਗੇੜ ਬੈਠਾ, ਕੋਈ ਕਿਤੇ ਬੈਠਾ। ਕਿਸੇ ਕਿਹਾ ਮਾਂ ਦੀ ਸੀ ਮੇਰਾ ਪੁੱਤ ਕਿਸੇ ਤੋਂ ਕਹਾਉਂਦਾ ਨੀ, ਆਪੇ ਭੰਗ ਭਰੀ ਜਾਣੇ, ਮੇਰਾ ਪੁੱਤ ਕਿਸੇ ਤੋਂ ਥੱਪੜ ਨੀ ਖਾਂਦਾ, ਲੋਕਾਂ ਬੰਨ ਕੇ ਉੱਠਦਾ। ਸਿੱਖਿਆ ਦੇ ਮਾਂ ਦੀ ਵੇਖੋ ਮਾਂ ਕੀ ਪੁੱਤ, ਸਾਨੂੰ ਬੁਲਾਉਣ ਨਾ ਬੁਲਾਉਣ ਕਿਸੇ ਕੋਲ ਸਿਫਾਰਿਸ਼ ਵੀ ਨੀ ਪਾਉਣੀ ਵੀ ਗੁਰੂ ਸਾਹਿਬ ਨੂੰ ਕਹਿ ਦਿਓ ਮੈਨੂੰ ਸਦਾ ਦੇ ਦਿਓ। ਮਾਂ ਨੇ ਪ੍ਰਪੰਤ ਕਰਕੇ ਭੇਜਿਆ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ, ਦੇਖੋ ਪਿਤਾ ਜੀ ਦੀ ਕਿਰਪਾ ਤੇ ਮਾਂ ਦੀ ਸਿੱਖਿਆ, ਇਹ ਦੋ ਚੀਜ਼ਾਂ ਸੀ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ। ਤਾਈ ਤੇ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਅਰੋਲ ਸਤਨਾਮ, ਮਾਂ ਦੀ ਸਿੱਖਿਆ ਕਮਾਉਣ ਵਾਲਾ ਤੇ ਪਿਤਾ ਦੀ ਕਿਰਪਾ ਥੱਲੇ ਰਹਿਣ ਵਾਲਾ ਬੰਦਾ ਕਦੇ ਘਾਟਾ ਖਾਂਦਾ ਨਹੀਂ। ਸਮਝਾਏ ਨੈਣ ਜਲ ਭਰੇ, ਜਾਹੋ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਮਾਤਾ ਭਾਨੀ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਤਾਇਆ ਜੀ ਸਾਹਮਣੇ ਖੜੇ ਲੈਣ ਵਾਸਤੇ ਆਏ ਹੋਏ। ਮਾਂ ਕਹਿੰਦੀ ਪੁੱਤ ਜਾਓ ਚਲੇ ਜਾ, ਭਾਵੇਂ ਮਨ ਮਾਂ ਦਾ ਵੀ ਭਰਿਆ ਸੀ, ਸਹਿਜ ਸੁਭਾਅ ਹੁਕਮ ਹੋਇਆ, ਜਾਣਦੇ ਸੀ ਵੀ ਜਿਹੜਾ ਸਕੂਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਕੋਲ ਬਹਿ ਕੇ ਮਿਲਦਾ ਪਿੱਛੇ ਕੋਲ ਬਣਾ, ਉਹਨਾਂ ਕੋਲ ਤੇ ਗੱਲਾਂ ਹੀ ਸਾਰਾ ਦਿਨ ਮਾਇਆ ਦੀਆਂ ਨੇ, ਇੱਥੋਂ ਮਾਇਆ ਆਉਂਗੀ, ਇੱਥੋਂ ਲੈ ਲਾਂਗੇ, ਇੱਥੇ ਘੋੜਾ ਖਰੀਦ ਲਾਂਗੇ, ਇੱਥੇ ਉਹ ਕਰ ਲਾਂਗੇ। ਮਹਾਦੇਵ ਜੀ ਉਹਨਾਂ ਕੋਲ ਗੱਲ ਕਰਦੇ ਸੀ ਮਾਤਾ ਜੀ, ਨਾ ਉਹ ਰੋਟੀ ਖਾਂਦੇ ਸੀ ਨਾ ਖਾਣ ਦੀ ਗੱਲ ਕਰਦੇ ਸੀ, ਉਹ ਮਸਤ ਨਹੀਂ ਸੀ, ਹੱਟ ਨਹੀਂ ਸੀ ਕਹਿੰਦਾ। ਇੱਕ ਸਨ ਗੁਰੂ ਅਰਜਨ ਦੇ ਪਾਤਸ਼ਾਹ ਮਾਂ ਦੀ ਗੋਦ ਵਿੱਚ ਬੈਠ ਕੇ ਪਿਤਾ ਗੁਰੂ ਦੀ ਮਹਿਮਾ ਕਰਦੇ,
ਰੱਬ ਦੀਆਂ ਗੱਲਾਂ ਕਰਦੇ, ਮਾਂ ਦੀ ਸਿੱਖਿਆ ਸੁਣਦੇ, ਪਰ ਮਾਂ ਦਾ ਵੀ ਜਿਹੜਾ ਵੇਖੋ ਆਪਣੇ ਉਸ ਪਿਆਰੇ ਮਹਾਂਪੁਰਸ਼ ਪੁੱਤਰ ਗੁਰੂ ਅਰਜਨ ਦੇ ਪਾਤਸ਼ਾਹ ਨੂੰ ਆਪ ਸਿਰ ਤੇ ਹੱਥ ਰੱਖ ਕੇ ਆਸੀਸ ਦੇ ਕੇ ਲਾਹੌਰ ਨੂੰ ਤੋੜ ਦਿੱਤਾ ਏ। ਸਾਦਰ ਸਿੱਖ ਮਾਤ ਕੀ ਮਾਨੀ, ਸੀਸ ਨਮਰ ਕਰ ਬੰਧਨ ਥਾਨੀ। ਉਹ ਨਿਮਰਤਾ ਗੁਰਮਤ ਵਿੱਚ ਆਈ, ਪੂਤਾ ਮਾਤਾ ਕੀ ਆਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਾਂ ਦੀਆਂ ਤੇ ਆਸੀਸਾਂ ਨੇ, ਮਾਂ ਦੀ ਤੇ ਸਿੱਖਿਆ ਏ। ਉਹ ਸਿੱਖਿਆ ਲੈ ਕੇ ਸਭ ਨੂੰ ਨਮਸਕਾਰ ਕਰਕੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਆਪਣੇ ਘਰ ਤੋਂ ਬਾਹਰ ਆ ਗਏ, ਘਰੋਂ ਬਾਹਰ ਆਏ। ਕਹਿੰਦੇ ਸਾਹਮਣੇ ਗੁਰੂ ਦਰਬਾਰ ਚੋਂ ਨਿਕਲ ਕੇ ਆ ਰਹੇ ਸੀ ਬਾਬਾ ਪ੍ਰਿਥੀ ਚੰਦ ਜੀ ਤੇ ਮਹਾਦੇਵ ਜੀ, ਉਹਨਾਂ ਦੀ ਤਰਫ ਆ ਗਏ। ਪਿਤਾ ਹੋਏ ਜਨਨੀ ਤੇ ਨਿਕਸੇ, ਕਮਲ ਪੱਤਰ ਸੇ ਲੋਚਨ ਬਿਕਸੇ। ਨੇਤਰ ਖਿੜੇ ਨੇ ਖੁਸ਼ੀ ਦੇ ਨਾਲ, ਪ੍ਰੇਮ ਦੇ ਅੱਥਰੂ ਨੇ। ਖੁਸ਼ੀ ਬਹੁਤ ਹੈ, ਖੁਸ਼ੀ ਇਸ ਗੱਲ ਦੀ ਹੈ ਸਤਿਗੁਰਾਂ ਦਾ ਹੁਕਮ ਹੋਇਆ ਲਾਹੌਰ ਜਾਣ ਲਈ, ਹੁਕਮ ਮੰਨਣ ਦੇ ਪਾਤਰ ਬਣ ਗਏ ਆ। ਕਹਿੰਦੇ ਸਾਹਮਣੇ ਖੜੇ ਸਨ ਪ੍ਰਿਥੀ ਚੰਦ, ਗੁਰੂ ਅਰਜਨ ਦੇ ਪਾਤਸ਼ਾਹ ਭੱਜ ਕੇ ਆਏ, ਵੱਡੇ ਭਰਾ ਦੇ ਚਰਨਾਂ ਦੇ ਮੱਥਾ ਟੇਕ ਉੱਤੋਂ ਉੱਤੋਂ ਪਿਆਰ ਜਿਤਾਇਆ ਬਾਬਾ ਪ੍ਰਿਥੀ ਚੰਦ ਨੇ। ਕਹਿੰਦੇ ਛੋਟੇ ਵੀਰ ਘਬਰਾਉਣਾ ਨੀ, ਆਪਣੇ ਹੀ ਗਏ ਸਾਰੇ, ਜੇ ਇੰਨਾ ਪਤਾ ਸੀ ਆਪਣੇ ਫਿਰ ਆਦਮੀ ਵੀ ਗਿਆ। ਸਿੱਖਿਆ ਅਸੀਂ ਵੀ ਦੰਨਿਆ ਲੋਕਾਂ ਨੂੰ, ਐਦਾਂ ਕਰ ਲਿਆ ਕਰ, ਆਓ ਕਰ ਲਿਆ ਕਰ, ਆਪ ਕਰ ਲਿਆ। ਆਹ ਤੁਹਾਨੂੰ ਬੜੇ ਕਰਦੇ ਹੋਣਗੇ ਇੱਥੇ, ਆਹ ਮਿੱਠਾ ਨਹੀਂ ਖਾਣਾ ਚਾਹੀਦਾ, ਟਿੱਪੀ ਚਾਹੀਆਂ ਕਰੋ, ਆਪ ਕੜਛੀਆਂ ਤੁਹਾਨੂੰ ਪੀਂਦੇ, ਦੂਜੇ ਨੂੰ ਸਿੱਖਿਆ ਦਿੰਦੇ, ਕਹਿੰਦੇ ਲੈ ਮਿੱਠਾ ਸਿਹਤ ਲਈ ਮਾੜਾ ਹੈ, ਆਹ ਤਲੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ। ਔਰ ਲੋਕ ਰੋਜ਼ ਗੋਲ ਗੱਪੇ ਪਾਉਂਦੇ, ਟਿੱਪੀਆਂ ਨਹੀਂ ਖਾਂਦੇ, ਦੂਜੇ ਨੂੰ ਕਹਿੰਦੇ ਤਲਿਆ ਨਹੀਂ ਖਾਣਾ, ਆਹ ਪਰਹੇਜ ਕੋਈ ਨੀ, ਸਾਡੀ ਇਤਿਹਾਸ ਦੋ ਹੈ। ਪਰ ਉਸ ਵਕਤ ਪ੍ਰਿਥੀ ਚੰਦ ਕਹਿੰਦੇ ਭਰਾਤਾ ਜਿਉਂਦਾ ਹੈ, ਕੋਈ ਅੰਦਰੋਂ ਤੇ ਬੜਾ ਖੁਸ਼ ਹੈ ਵੀ ਗੁਰੂ ਅਰਜਨ ਦੇ ਮਾਰਗ ਚੱਲੇ ਨੇ, ਹੁਣ ਤਖਤ ਤੇ ਮੈਂ ਆਪੇ ਬਹਿ ਜਾਣਾ, ਇਹ ਚੱਲੇ ਪਿੱਛੋਂ ਪਿਤਾ ਜੀ ਦੇ ਕੋਲ ਮੈਂ ਬੈਠਿਆ ਕਰੂੰ, ਚੰਗਾ ਬਣਿਆ ਕਰੂੰ, ਚੰਗੀਆਂ ਚੰਗੀਆਂ ਗੱਲਾਂ ਕਰਿਆ ਕਰੂੰ, ਗੁਰੂ ਪਿਤਾ ਮੇਰੇ ਤੋਂ ਪ੍ਰਭਾਵਿਤ ਹੋਣਗੇ, ਮੇਰੇ ਤੇ ਖੁਸ਼ ਹੋ ਜਾਣਗੇ। ਮੋਹਰ ਪਿਤਾ ਕੋ ਕਰਕੇ ਨਮੋ, ਤਉ ਸੰਗ ਚਲੇ ਤੇ ਸਮੋ। ਪਿਤਾ ਗੁਰੂ ਰਾਮਦਾਸ ਜੀ ਨੂੰ ਮੱਥਾ ਟੇਕ ਪ੍ਰਕਰਮਾ ਕਰਕੇ ਗੁਰੂ ਅਰਜਨ ਦੇ ਮਰਜ ਬਾਹਰ ਆਏ, ਸਾਹਮਣੇ ਖੜੇ ਸਨ ਬਾਬਾ ਮਹਾਦੇਵ ਜੀ, ਉਹਨਾਂ ਦੇ ਚਰਨਾਂ ਤੇ ਮੱਥਾ ਟੇਕਿਆ। ਉਹਨਾਂ ਅੰਦਰ ਕੱਪ ਨਹੀਂ ਸੀ, ਉਹਨਾਂ ਘੁੱਟ ਕੇ ਹੈ ਕੋਈ ਫਕੀਰ ਲੋਕ, ਸਾਧੂ ਲੋਕ, ਬੜਾ ਪ੍ਰੇਮ ਬਖਸ਼ਿਆ ਏ। ਦੋਨੋਂ ਭਰਾ ਤਨ ਕੋ ਕਰ ਬੰਧਨ, ਚਲੇ ਸਕਟ ਆਰੂੜ ਸੁਛੰਦਨ। ਸਾਰੇ ਪਰਿਵਾਰ ਦੇ ਸਾਹਮਣੇ ਤਾਇਆ ਜੀ ਦੇ ਨਾਲ ਗੁਰੂ ਅਰਜਨ ਦੇ ਪਾਤਸ਼ਾਹ ਗੱਡੇ ਵਿੱਚ ਬੈਠੇ, ਮੱਥਾ ਟੇਕ ਇੱਥੋਂ ਰਵਾਨਗੀ ਪਾਈ, ਲਾਹੌਰ ਨੂੰ ਚੱਲ ਪਏ। ਪਰ ਮਾਤਾ ਜੀ ਦੇ ਨੇਤਰਾਂ ਚ ਅੱਥਰੂ ਸੀ, ਧਰਮੀ ਪੁੱਤਰ ਚਲੇ ਗਏ, ਕੀ ਪਤਾ ਕਦੋਂ ਆਉਣਾ, ਪਤਾ ਥੋੜੀ ਕਦੋਂ ਮਹਾਰਾਜ ਦਾ ਹੁਕਮ ਆਉਣਾ ਨਹੀਂ ਆਉਣਾ, ਕਦੋਂ ਬੁਲਾਉਣਗੇ ਨਹੀਂ ਬੁਲਾਉਣਗੇ। ਉਧਰ ਦੂਜੇ ਪਾਸੇ ਬਾਬਾ ਪ੍ਰਿਥੀ ਚੰਦ ਬੜੇ ਖੁਸ਼, ਉਹਨਾਂ ਦੇ ਚਿਹਰੇ ਤੇ ਖੁਸ਼ੀ ਝਲਕ ਰਹੀ ਹੈ ਵੀ ਚਲੋ ਅੱਗੇ ਸਤਿਗੁਰੂ ਇਹਨਾਂ ਨੂੰ ਪਿਆਰ ਕਰਦੇ ਸੀ, ਗੁਰੂ ਅਰਜਨ ਦੇ ਮਰਜ ਨੂੰ ਬਹੁਤ ਨੇੜੇ ਨੇੜੇ ਰੱਖਦੇ ਸੀ, ਹੁਣ ਨੇੜੇ ਪੈ ਰਿਹਾ ਕਰਨਾ, ਦੂਜਾ ਭਰਾ ਮੇਰਾ ਸਿੱਧਾ ਹੈ, ਠੀਕ ਰਹੀ ਹੈ, ਹੌਲੀ ਹੌਲੀ ਤਖ਼ਤ ਤੇ ਆਪਾਂ ਬਹਿ ਜਾਂਗੇ। ਇਹ ਸੋਚਾਂ ਜੋਗਤਾਂ ਪ੍ਰਿਥੀ ਚੰਦ ਬਣਾਉਣ ਲੱਗੇ ਨੇ। ਸੋ ਸਮਾਂ ਸਮਾਪਤ ਹੈ, ਜਿਵੇਂ ਸਾਹਿਬ ਕਿਰਪਾ ਕਰਨਗੇ ਕੱਲ੍ਹ ਆਨੰਦ ਮਾਣਾਂਗੇ।